ਕੁੱਤਾ ਰੋਵੇ ਦੁਨੀਆ ਚੁੱਪ ਕਰਾਉਂਦੀ ਦੇਖੀ ਮੈਂ। ਜੀ ਹਾਂ, ਕੁੱਤਾ ਰੋਵੇ ਦੁਨੀਆ ਚੁੱਪ ਕਰਾਉਂਦੀ ਦੇਖੀ ਮੈਂ, ਬੰਦਾ ਰੋਵੇ ਦੁਨੀਆ ਹੋਰ ਰਵਾਉਂਦੀ ਦੇਖੀ ਮੈਂ। ਜਿਹਨੇ ਹੁਣ ਤੱਕ ਸਿਰ ਵੱਢੇ ਨੇ, ਜਿਹਨੇ ਹੁਣ ਤੱਕ ਗਲ ਵੱਢੇ ਨੇ ਬੇਬਸ ਲੋਕਾਂ ਦੇ, ਹਾਰ ਉਹਨਾਂ ਦੇ ਗਲ ਵਿੱਚ ਦੁਨੀਆ ਪਾਉਂਦੀ ਦੇਖੀ ਮੈਂ। ਜੀਂਦੇ ਜੀ ਜਿਸ ਬਾਪੂ ਨੂੰ ਨਾ ਰੋਟੀ ਦਿੱਤੀ ਗਈ, ਮਰਨੇ ਪਿੱਛੋਂ ਪੂਰਾ ਪਿੰਡ ਰਜਾਉਂਦੀ ਦੇਖੀ ਮੈਂ, ਮਰਨੇ ਪਿੱਛੋਂ ਦੁਨੀਆ ਪਿੰਡ ਰਜਾਉਂਦੀ ਦੇਖੀ ਮੈਂ। ਜੀ ਹਾਂ, ਦੁਨੀਆ ਬਾਰੇ ਸਚਾਈਆਂ ਬਿਆਨ ਕਰਦੀਆਂ ਇਹਨਾਂ ਲਾਈਨਾਂ ਦੇ ਨਾਲ ਮੈਂ ਜਗਤਾਰ ਸਿੰਘ ਜੱਗੀ ਹਾਜ਼ਰ ਹਾਂ ਅੱਜ ਦਾ ਲਾਈਵ ਸ਼ੋਅ ਲੈ ਕੇ, ਜਿਹਦੇ ਵਿੱਚ ਆਪਾਂ ਕਰਾਂਗੇ ਗੱਲਾਂ ਬਾਤਾਂ, ਨਾਲ ਦੀ ਨਾਲ ਕੋਈ ਨਾ ਕੋਈ ਵਿਸ਼ਾ ਲੈ ਕੇ ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਅਗਰ ਅੱਜ ਦੀ ਗੱਲ ਕਰੀਏ ਤਾਂ ਅੱਜ ਅਤੇ ਕੱਲ੍ਹ ਦਾ ਦਿਨ ਖਾਸ ਅਮੈਰੀਕਾ ਵਾਸੀਆਂ ਵਾਸਤੇ ਬੜਾ ਖਾਸ ਹੈ। ਖਾਸ ਇਸ ਕਰਕੇ ਆ ਵੀ ਅੱਜ ਥੈਂਕਸ ਗਿਵਿੰਗ ਡੇ ਹੈਗਾ ਔਰ ਕੱਲ੍ਹ ਨੂੰ ਬਲੈਕ ਫਰਾਈਡੇ ਹੈਗਾ, ਔਰ ਇਹ ਦੋ ਦਿਨ ਪੂਰੇ ਸ਼ੋਪਿੰਗ ਦੇ ਹੁੰਦੇ ਨੇ। ਪੂਰੇ ਸਾਡੇ ਜਿਹੜੇ ਪੰਜਾਬੀ ਵੀ ਬੜੇ ਵੱਧ ਚੜ੍ਹ ਕੇ ਸ਼ੋਪਿੰਗ ਕਰਨ ਜਾਂਦੇ ਨੇ। ਸੋ ਪਹਿਲਾਂ ਤਾਂ ਜੀ ਚਲੋ ਥੈਂਕਸ ਗਿਵਿੰਗ ਜਿਹੜਾ ਦਿਨ ਹੈਗਾ ਉਹਦੀਆਂ ਬਹੁਤ ਬਹੁਤ ਮੈਂ ਮੁਬਾਰਕਾਂ ਦਿੰਦਾ ਸਾਰੇ ਪੰਜਾਬੀਆਂ ਨੂੰ। ਹਾਲਾਂਕਿ ਸਾਨੂੰ ਬਾਹਲਾ ਅਸੀਂ ਕਈ ਵਾਰੀ ਵਾਹ ਵਾਸਤਾ ਇਹਨਾਂ ਚੀਜ਼ਾਂ ਦੇ ਨਾਲ ਨਹੀਂ ਰੱਖਦੇ ਕਿ ਕਿਉਂ ਮਨਾਇਆ ਜਾਂਦਾ, ਕੀ ਹੁੰਦਾ ਕੀ ਨਹੀਂ ਹੁੰਦਾ, ਫਿਰ ਵੀ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਥੋੜ੍ਹਾ ਬਹੁਤ ਚਲੋ ਸਾਡਾ ਫਰਜ਼ ਵੀ ਬਣਦਾ ਕਿ ਅਸੀਂ ਜਿਸ ਮੁਲਕ ਵਿੱਚ ਰਹਿੰਦੇ ਹਾਂ, ਜਿਸ ਜਿਹਨਾਂ ਮੁਲਕਾਂ ਨੇ ਸਾਨੂੰ ਇੰਨਾ ਕੁਝ ਦਿੱਤਾ, ਅਸੀਂ ਜਿਹੜੇ ਉਹਨਾਂ ਦੇ ਦਿਨ ਤਿਉਹਾਰ ਹੈ ਉਹ ਵੀ ਜ਼ਿਕਰ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੇ ਕਰੀਏ। ਲਓ ਜੀ, ਥੈਂਕਸ ਗਿਵਿੰਗ ਦੀ ਜੇ ਗੱਲ ਕਰੀਏ ਤਾਂ ਸਾਡੇ ਦਰਸ਼ਕਾਂ ਨੂੰ ਪਤਾ ਕਿ ਇਹਨਾਂ ਨੇ ਜਿਹੜਾ ਇਹ ਦਿਨ ਧੰਨਵਾਦ ਕਰਦੇ ਨੇ, ਇਹ ਧੰਨਵਾਦ ਆਰਮੀ ਦਾ ਕਰਦੇ ਨੇ, ਧੰਨਵਾਦ ਇਹ ਆਪਣੇ ਜਿਹੜੇ ਪ੍ਰੀਸਟ ਹੈਗੇ ਨੇ ਉਹਨਾਂ ਦਾ ਕਰਦੇ ਨੇ ਧੰਨਵਾਦ ਇਹ। ਔਰ ਥੈਂਕਸ ਗਿਵਿੰਗ ਦੇ ਵਿੱਚ ਇਹ ਜਿਹੜਾ ਹੈਗਾ ਇੱਕ ਟਰਕੀ ਦਾ ਖਾਸ ਯੋਗਦਾਨ ਹੈਗਾ। ਪਰ ਅਸੀਂ ਜੇ ਗੱਲ ਕਰੀਏ ਤਾਂ ਇੱਧਰਲੇ ਮੁਲਕਾਂ ਦੇ ਵਿੱਚ ਤਿੰਨ ਚਾਰ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਅਸੀਂ ਉਹਦੇ ਨਾਲ ਥੈਂਕਸ ਗਿਵਿੰਗ ਨੂੰ ਜੋੜਨ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ ਦਿਵਸ ਕਹਿ ਲਓ ਇੱਕ ਕਿਸਮ ਦਾ, ਵੀ ਤੁਹਾਨੂੰ ਧੰਨਵਾਦ ਦਿਵਸ ਹੈਗਾ, ਅਸੀਂ ਵੀ ਜੀ ਦਾ ਧੰਨਵਾਦ ਕਰਨਾ ਚਾਹੀਏ, ਅੱਜ ਧੰਨਵਾਦ ਕਰਾਂਗੇ। ਤਿੰਨ ਚਾਰ ਚੀਜ਼ਾਂ ਇੱਧਰਲੇ ਮੁਲਕਾਂ ਦੇ ਵਿੱਚ ਬੜੀਆਂ ਵਧੀਆ ਲੱਗਦੀਆਂ, ਜਿਹੜੀਆਂ ਹੁਣ ਥੋੜ੍ਹੀਆਂ ਥੋੜ੍ਹੀਆਂ ਭਾਰਤ ਦੇ ਵਿੱਚ ਵੀ ਆ ਗਈਆਂ, ਪੰਜਾਬ ਦੇ ਵਿੱਚ ਵੀ ਥੋੜ੍ਹੀਆਂ ਥੋੜ੍ਹੀਆਂ ਆਉਣੀਆਂ ਸ਼ੁਰੂ ਹੋ ਗਈਆਂ, ਸ਼ਹਿਰਾਂ ਦੇ ਵਿੱਚ ਆ ਗਈਆਂ, ਪਰ ਇੱਥੇ ਹੋਰ ਤਰ੍ਹਾਂ ਨਾ, ਉੱਥੇ ਹੋਰ ਤਰ੍ਹਾਂ ਨੇ। ਇੱਕ ਤਾਂ ਇੱਥੇ ਜਿਹੜਾ ਇਹ ਥੈਂਕ ਯੂ ਲਫਜ਼ ਹੈਗਾ, ਇਹਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਆ, ਬਿਨਾਂ ਗੱਲ ਤੋਂ ਥੈਂਕ ਯੂ ਕਹਿ ਦਿੰਦੇ ਆ, ਬਿਨਾਂ ਗੱਲ ਤੋਂ। ਉਹ ਜਾਗਰ ਅਮਲੀ ਆਇਆ ਨਾ, ਕਹਿੰਦਾ ਵੀ ਇੱਕ ਗੱਲ ਦੀ ਅਮਰੀਕੇ ਦੇ ਵਿੱਚ ਬੜੀ ਕਹਿੰਦਾ ਮੌਜ ਰਹਿੰਦੀ ਆ, ਅਮਰੀਕਾ ਦੇ ਵਿੱਚ ਇੱਕ ਗੱਲ ਦੀ ਕਹਿੰਦਾ ਬੜੀ ਮੌਜ ਰਹਿੰਦੀ ਆ, ਮੋਢਾ ਆਪ ਮਾਰੋ ਸੌਰੀ ਮੇਮ ਕਹਿੰਦੀ ਆ। ਥੈਂਕ ਯੂ ਸੌਰੀ ਦਾ ਤੀਜਾ ਲਫਜ਼ ਜਿਹੜਾ ਇਹਨਾਂ ਦਾ ਹੈਗਾ ਹੈਵ ਏ ਨਾਈਸ ਡੇ। ਸੋ ਇਹ ਤਿੰਨ ਚੀਜ਼ਾਂ ਨੂੰ ਇੱਧਰਲੇ ਮੁਲਕਾਂ ਦੇ ਵਿੱਚ ਬਹੁਤ ਵਰਤਦੇ ਨੇ। ਔਰ ਹੈਵ ਏ ਨਾਈਸ ਡੇ ਦੀ ਗੱਲ ਕਰੀਏ ਤਾਂ ਚੰਗਾ ਤੁਹਾਡਾ ਦਿਨ, ਜਿਹੜਾ ਚੰਗਾ ਬੀਤੇ ਉਹ ਵੀ ਇਹ ਅਕਸਰ ਕਹਿੰਦੇ ਨੇ, ਚਾਹੇ ਕਿਸੇ ਦਾ ਮਾੜਾ ਕਰਨ ਉਹਨੂੰ ਵੀ ਕਹਿੰਦੇ ਨੇ ਵੀ ਭਰਾਵਾ ਤੇਰਾ ਦਿਨ ਚੰਗਾ ਬੀਤੇ। ਕੋਈ ਪੁਲਿਸ ਵਾਲਾ ਕਿਸੇ ਨੂੰ ਟਿਕਟ ਦਿੰਦਾ, ਟਿਕਟ ਦੇ ਕੇ ਚੰਗੀ ਭਲੀ ਤਾਂ ਬੰਦੇ ਦਾ ਦਿਲ ਪੁੱਛਿਆ ਜਾਣਦਾ ਹੁੰਦਾ ਵੀ ਉਹ ਦਿਲ 'ਤੇ ਕੀ ਬੀਤਦੀ ਹੈ, ਤਾਂ ਉਹਨੂੰ ਵੀ ਪੁਲਿਸ ਵਾਲਾ ਕਹਿੰਦਾ ਵੀ ਹੈਵ ਏ ਨਾਈਸ ਡੇ। ਇੱਕ ਦਿਨ ਸਵੇਰੇ ਸਵੇਰੇ ਸਾਡੇ ਇੱਕ ਦੋਸਤ ਹੈਗੇ ਆ, ਉਹਨਾਂ ਨੂੰ ਇੱਥੇ ਟਿਕਟ ਮਿਲ ਗਈ, ਕਿਤੇ ਓਵਰ ਸਪੀਡ 'ਤੇ ਜਾ ਰਹੇ ਸੀ, ਟਿਕਟ ਮਿਲ ਗਈ ਅਤੇ ਉਹਨੇ ਥੈਂਕ ਯੂ ਕਹਿ ਕੇ ਪੁਲਿਸ ਵਾਲਾ ਤੁਰ ਪਿਆ। ਉਹ ਬੰਦੇ ਨੇ ਰੋਕਿਆ, ਕਹਿੰਦਾ ਆਫੀਸਰ ਆਈ ਵਾਂਟ ਟੂ ਟਾਕ ਯੂ, ਕਿ ਵੀ ਤੂੰ ਮੈਨੂੰ ਇਹ ਥੈਂਕ ਯੂ ਤਾਂ ਕਹਿ ਦਿੱਤਾ, ਪਰ ਤੁਸੀਂ ਅਕਸਰ ਇਹ ਜ਼ੁਬਾਨ 'ਤੇ ਤੁਹਾਡੇ ਹੁੰਦਾ ਕਿ ਹੈਵ ਏ ਨਾਈਸ ਡੇ ਜ਼ਰੂਰ ਕਹਿੰਦੇ ਹੁੰਦੇ ਹਾਂ, ਅਤੇ ਹੈਵ ਏ ਨਾਈਸ ਡੇ ਕਿਉਂ ਨਹੀਂ ਕਿਹਾ। ਉਹ ਕਹਿੰਦਾ ਵੀ ਮੈਂ ਹੈਵ ਏ ਨਾਈਸ ਡੇ ਕਹਿ ਕੇ ਤੈਨੂੰ ਹੋਰ ਦੁਖੀ ਨਹੀਂ ਕਰਨਾ ਚਾਹੁੰਦਾ ਸੀ, ਵੀ ਤੂੰ ਪਹਿਲਾਂ ਹੀ ਹੁਣ ਤੈਨੂੰ ਸਵੇਰੇ ਸਵੇਰੇ ਟਿਕਟ ਮਿਲ ਗਈ ਤਾਂ ਪਹਿਲਾਂ ਹੀ ਮੈਨੂੰ ਦਿਲ 'ਚ ਗਾਲਾਂ ਕੱਢਦਾ ਹੋਵੇਗਾ, ਤਾਂ ਮੈਂ ਤੈਨੂੰ ਹੈਵ ਏ ਨਾਈਸ ਡੇ ਕਹਿੰਦਾ ਤਾਂ ਤੂੰ ਮੈਨੂੰ ਹੋਰ ਵੀ ਬੁਲਾ, ਪਰ ਦਿਲ ਦੇ ਵਿੱਚ ਕਹਿਣਾ ਸੀਗਾ। ਥੈਂਕ ਯੂ ਦੀ ਗੱਲ ਕਰੀਏ, ਅਸੀਂ ਧੰਨਵਾਦ ਦੀ ਗੱਲ ਕਰੀਏ ਤਾਂ ਮੈਨੂੰ ਕਿਸੇ ਨੇ ਕਾਫੀ ਕੁਛ ਲਿਖ ਕੇ ਭੇਜਿਆ ਕਿ ਧੰਨਵਾਦ ਜਿਹੜਾ ਹੈਗਾ ਸਾਨੂੰ ਪੰਜਾਬੀਆਂ ਨੂੰ ਇਸ ਚੀਜ਼ ਦਾ ਧੰਨਵਾਦ ਕਰਨਾ ਚਾਹੀਦਾ, ਇਸ ਚੀਜ਼ ਦਾ ਇਹਨਾਂ ਚੀਜ਼ਾਂ ਦਾ ਧੰਨਵਾਦ ਕਰਨਾ, ਇਹਨਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੀਦਾ। ਉਹਨਾਂ ਨੇ ਕਾਫੀ, ਮੈਂ ਖੈਰ ਕਵਿਤਾ ਦੇ ਰੂਪ 'ਚ ਹੈਗਾ, ਉਹ ਕਵਿਤਾ ਪੜ੍ਹਨ ਲੱਗ ਪਿਆ ਤਾਂ ਮੇਰਾ ਟਾਈਮ ਮੁੱਕ ਜਾਣਾ ਇੱਥੇ ਹੀ। ਉਹਨੇ ਮੋਟਾ ਮੋਟਾ ਜਿਹੜਾ ਲਿਖਿਆ, ਜਿਹੜਾ ਜਿਹੜਾ ਪਹਿਲੇ ਮੈਂ ਵੀ ਸਹਿਮਤ ਹੈਗਾ, ਪਹਿਲਾਂ ਉਹਨਾਂ ਨੇ ਕਹਿੰਦੇ ਵੀ ਧੰਨਵਾਦ ਜਿਹੜਾ ਗੁਰੂ ਨਾਨਕ ਦੇਵ ਜੀ ਦਾ, ਜਿਹਨੇ ਸਾਨੂੰ ਨਾਮ 'ਚ ਆਪਣਾ ਵੰਡ ਸਕਣ ਅਤੇ ਕਿਰਤ ਕਰਨਾ ਸਿਖਾਇਆ, ਠੀਕ ਹੈ ਜੀ। ਦੂਜਾ ਧੰਨਵਾਦ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਕੀਤਾ, ਜਿਨ੍ਹਾਂ ਨੇ ਸਾਨੂੰ ਇਸ ਜਿਹੜਾ ਸਿੰਘ ਬਣਾਇਆ, ਸਿੰਘ ਸਜਾਇਆ ਸਾਡੇ ਸਾਰੇ, ਜਿਹੜੀ ਸਿੰਘ ਦੀ ਕੌਮ ਹੈ, ਖਾਲਸਾ ਕੌਮ ਬਣਾਈ, ਉਹਨਾਂ ਦਾ ਧੰਨਵਾਦ ਵੀ ਕਹਿੰਦੇ ਕੀਤੇ ਵੀ ਉਹਨਾਂ ਬਣਾਈ ਕੌਮ। ਫਿਰ ਉਹ ਆ ਗਏ ਉਹਨਾਂ ਨੇ ਇਮਰਾਨ ਖਾਨ ਅਤੇ ਨਵਜੋਤ ਸਿੱਧੂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਦੋਸਤਾਨਾ ਨਿਭਾਇਆ ਅਤੇ ਕਰਤਾਰਪੁਰ ਦਾ ਲਾਂਘਾ ਖੁਲਵਾਇਆ। ਅਤੇ ਉਸ ਤੋਂ ਬਾਅਦ ਫਿਰ ਧੰਨਵਾਦਾਂ ਦੀ ਰਾਈ ਜਿਹੜੀ ਉਹ ਸਾਰੀ ਆ ਜਾਂਦੀ ਹੈ ਵੀ ਜਿਹਨੇ ਸਭ ਤੋਂ ਪਹਿਲਾਂ ਪਹੀਆ ਬਣਾਇਆ, ਰੇਲ ਗੱਡੀ ਜਿਹੜੇ ਚਲਾਈ ਉਹਦਾ ਧੰਨਵਾਦ, ਜਿਹਨੇ ਪਹਿਲਾਂ ਜਹਾਜ਼ ਬਣਾਇਆ ਉਹਦਾ ਧੰਨਵਾਦ, ਜਿਹਨੇ ਟੈਲੀਫੋਨ ਬਣਾਇਆ ਉਹਦਾ ਧੰਨਵਾਦ, ਜਿਹਨੇ ਟੈਲੀਵਿਜ਼ਨ ਬਣਾਇਆ ਉਹਦਾ ਧੰਨਵਾਦ, ਉਹਨੇ ਸਾਰੇ ਧੰਨਵਾਦ ਕੀਤੇ ਜੀ ਪੂਰੇ। ਚਲੋ ਖੈਰ,
ਮੈਂ ਜੇ ਗੱਲ ਕਰਾਂ ਤਾਂ ਮੈਂ ਜਿਹੜਾ ਧੰਨਵਾਦ ਕਰਨਾ ਚਾਹਾਂ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਧੰਨਵਾਦ ਜਿਹੜਾ ਕਰਦਾ ਪਰਮਾਤਮਾ ਦਾ ਧੰਨਵਾਦ ਕਰਦਾ ਪਰਮਾਤਮਾ ਨੇ ਇੰਨਾ ਕੁਛ ਬਖਸ਼ਿਆ ਜੋ ਡਿਜ਼ਰਵ ਵੀ ਨਹੀਂ ਕਰਦੇ ਡਿਜ਼ਰਵ ਕਰਦੇ ਕਿ ਸੋਚਿਆ ਵੀ ਨਹੀਂ ਕਦੇ ਮਤਲਬ ਕਿੱਥੋਂ ਦੀ ਕਿੱਥੇ ਕਿੱਥੇ ਦੀ ਕਿੱਥੇ ਆ ਕੇ ਅੱਜ ਤੁਹਾਡੇ ਸਾਹਮਣੇ ਬੈਠੇ ਪ੍ਰੋਗਰਾਮ ਕਰੀਦਾ ਬਹੁਤ ਵਧੀਆ ਲੱਗਦਾ ਸਭ ਤੋਂ ਪਹਿਲਾਂ ਧੰਨਵਾਦ ਤਾਂ ਪਰਮਾਤਮਾ ਦਾ ਕਰਦੇ ਜੀ ਉਦੋਂ ਅਗਲਾ ਧੰਨਵਾਦ ਜਿਹੜਾ ਤੁਹਾਡਾ ਸਾਰਿਆਂ ਦਾ ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀਆਂ ਦਾ ਇਕੱਲੇ ਅਮਰੀਕਾ ਵਾਸੀਆਂ ਦਾ ਨਹੀਂ ਕਿਉਂਕਿ ਸਾਡਾ ਵਾਹ ਵਾਸਤਾ ਤਕਰੀਬਨ ਪੂਰੀ ਦੁਨੀਆ ਦੇ ਨਾਲ ਪਿਆ ਅਤੇ ਬਾਕੀ ਰਹੀ ਸੌਰੀ ਦੀ ਗੱਲ ਸੌਰੀ ਵੀ ਮੈਂ ਉਹਨਾਂ ਦੋਸਤਾਂ ਮਿੱਤਰਾਂ ਕੋਲ ਜਿੰਨੇ ਵੀ ਚਾਹੇ ਪ੍ਰੋਗਰਾਮ ਦੇਖਣ ਵਾਲੇ ਨੇ ਚਾਹੇ ਅਤੇ ਤੀਜਾ ਹੈ ਵੇ ਨਾਈਸ ਡੇ ਤਾਂ ਚਲੋ ਹੁੰਦਾ ਹੀ ਹੁੰਦਾ ਰੋਜ਼ ਅਤੇ ਸੌਰੀ ਵੀ ਉਹਨਾਂ ਦੋਸਤਾਂ ਮਿੱਤਰਾਂ ਨੂੰ ਜਿਹੜੇ ਕਿ ਮੈਂ ਜਿਨ੍ਹਾਂ ਨੂੰ ਹੋ ਸਕਦਾ ਮੇਰੀ ਕਦੇ ਕੋਈ ਗੱਲ ਚੰਗੀ ਨਾ ਲੱਗੀ ਹੋਵੇ ਜਾਂ ਮੇਰੀ ਸ਼ਕਲ ਚੰਗੀ ਨਾ ਲੱਗਦੀ ਹੋਵੇ ਸ਼ਕਲ 'ਚ ਚੰਗੀ ਦੀ ਗੱਲ ਕਰੀਏ ਤਾਂ ਫਿਰ ਤਾਂ ਮੈਨੂੰ ਲੱਗਦਾ ਪਹਿਲਾਂ ਹੀ ਇਹ ਸੌਰੀ ਘਰਦਿਆਂ ਤੋਂ ਬਣਨੀ ਆ ਬਾਕੀ ਤਾਂ ਫਿਰ ਬਾਕੀਆਂ ਤੋਂ ਬਾਅਦ ਦੇ ਵਿੱਚ ਆ ਚਲੋ ਖੈਰ ਸ਼ੁਗਲ ਮੇਲੇ ਦੇ ਵਿੱਚ 6 ਸਾਲ ਹੋ ਗਏ ਜੀ ਜਸ ਪੰਜਾਬੀ ਦੇ ਜ਼ਰੀਏ ਤੁਹਾਡੇ ਨਾਲ ਗੱਲਬਾਤ ਕਰਦੇ ਹੋਏ ਤੁਹਾਡਾ ਧੰਨਵਾਦ ਕਰਦੇ ਹੋਏ ਅਤੇ ਸੌਰੀਆਂ ਦੀ ਗੱਲ ਕਰੀਏ ਸੌਰੀ ਵੈਸੇ ਨਾ ਪੰਜਾਬ ਦੇ ਵਿੱਚ ਪਤਾ ਹੀ ਨਹੀਂ ਪਹਿਲਾਂ ਸੌਰੀ ਕੀ ਹੁੰਦੀ ਮਾਫ਼ ਕਰਨਾ ਜਾਂ ਸੌਰੀ ਇਹ ਸੌਰੀ ਨਾਂ ਦਾ ਲਫ਼ਜ਼ ਤਾਂ ਪੰਜਾਬ 'ਚ ਹੁਣ ਜਾ ਕੇ ਮਾੜਾ ਮੋਟਾ ਪਾਪੂਲਰ ਹੋਇਆ ਨਹੀਂ ਤਾਂ ਕਿੱਥੇ ਸੌਰੀ ਮੰਗਦਾ ਕੋਈ ਉਹ ਪੁਲਿਸ ਵਾਲੇ ਨੇ ਰੋਕ ਲਿਆ ਕਿਸੇ ਨੂੰ ਕੋਈ ਗਲਤ ਆ ਰਿਹਾ ਸੀ ਰੋਕ ਲਿਆ ਉਹ ਬੰਦਾ ਕਹਿੰਦਾ ਜੀ ਸੌਰੀ ਜੀ ਸੌਰੀ ਜੀ ਸੌਰੀ ਜੀ ਸੌਰੀ ਪੁਲਿਸ ਵਾਲੇ 2 ਮਾਰੀਆਂ ਤਾਂ ਕਹਿੰਦਾ ਸੌਰੀ ਸੂਰੀ ਨਾਲ ਗੱਲ ਨਹੀਂ ਮਿਲਣਾ ਪਹਿਲਾਂ ਮਾਫ਼ੀ ਮੰਗ ਫੇਰ ਛੱਡੂ ਉਹਨੇ ਫਿਰ ਦੱਸਿਆ ਵੀ ਭਾਅ ਜੀ ਸੌਰੀ ਵੀ ਮਾਫ਼ੀਆ ਹੀ ਹੁੰਦੀ ਹੈ ਇੱਕ ਕਿਸਮ ਦੀ ਪੁਲਿਸ ਵਾਲਾ ਕਹਿੰਦਾ ਅੱਛਾ 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 ਸੋ ਸੌਰੀ ਜਿਹੜਾ ਕਹਿਣਾ ਕੋਈ ਮਾੜੀ ਗੱਲ ਨਹੀਂ ਹੈਗੀ ਗਲਤੀ ਇੱਧਰਲੇ ਮੁਲਕਾਂ 'ਚ ਦੇਖੋ ਕੁਛ ਵੀ ਚਾਹੇ ਗਲਤੀ ਸਾਡੀ ਹੋਵੇ ਅਸੀਂ ਅਕਸਰ ਦੇਖਿਆ ਅਸੀਂ ਕਈ ਵਾਰੀ ਸ਼ਰਮਿੰਦਾ ਵੀ ਹੋ ਜਾਂਦੇ ਉਸ ਗੱਲ ਤੋਂ ਅਤੇ ਅਗਲਾ ਬੰਦਾ ਸੌਰੀ ਕਹਿ ਕੇ ਔਰ ਸਮਾਈਲ ਦਿੰਦਾ ਸਮਾਈਲ ਦੇ ਕੇ ਜਾਂਦਾ ਹੈਲੋ ਹਾਓ ਆਰ ਯੂ ਗੁੱਡ ਮੋਰਨਿੰਗ ਕਰਦਾ ਅਸੀਂ ਹੁਣ ਕਿਸੇ ਨੂੰ ਪੰਜਾਬੀ ਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਲਈਏ ਅਤੇ ਉਹ ਸਤਿ ਸ਼੍ਰੀ ਅਕਾਲ ਦਾ ਜਵਾਬ ਬਣਾਉਣ ਦੀ ਬਜਾਏ ਨਾ ਦੇਣ ਦੀ ਬਜਾਏ ਜਵਾਬ ਟੇਢਾ ਦੇਖਦਾ ਇਹ ਕਿਹੜਾ ਬੇਵਕੂਫ ਜਿਹਾ ਜਿਹੜਾ ਮੈਨੂੰ ਜਾਣਦਾ ਨਹੀਂ ਪਛਾਣਦਾ ਨਹੀਂ ਸਤਿ ਸ਼੍ਰੀ ਅਕਾਲ ਬੁਲਾ ਗਿਆ ਸੋ ਇਹ ਚੀਜ਼ਾਂ ਹੁਣ ਜਿਹੜੇ ਹੈਗੇ ਨੇ ਹੁਣ ਮੈਂ ਬਹੁਤ ਸਾਰੇ ਪੰਜਾਬੀ ਜਿਹੜੇ ਹੈਗੇ ਨੇ ਜਿਹੜੇ ਇੱਧਰ ਕਾਫੀ ਪੁਰਾਣੇ ਆਏ ਨੇ ਜਾਂ ਥੋੜ੍ਹਾ ਉਹਨਾਂ ਦਾ ਮੈਂ ਜਿਹੜਾ ਦੇਖਦਾ ਉਹ ਬਹੁਤ ਵਧੀਆ ਤਰੀਕੇ ਨਾਲ ਸੌਰੀ ਥੈਂਕ ਯੂ ਸਾਰਾ ਇਹ ਕਰਕੇ ਬੜੇ ਵਧੀਆ ਖੁਸ਼ ਮੂਡ ਇੱਕ ਮੈਂ ਇਹ ਦੇਖਿਆ ਵੀ ਅਸੀਂ ਪਤਾ ਨਹੀਂ ਤਾਂ ਕੌਨਫੀਡੈਂਸ ਨਹੀਂ ਬਣਦਾ ਅੰਗਰੇਜ਼ੀ ਦਾ ਥੋੜ੍ਹਾ ਸੰਗ ਜਾਂਦੇ ਹਾਂ ਇੱਧਰਲੇ ਮੁਲਕਾਂ ਦੇ ਹੁਣ ਜਿਹੜੇ ਨੇ ਉਹ ਪੂਰਾ ਲਾਊਡ ਥੋੜ੍ਹਾ ਜਿਹਾ ਬੋਲ ਕੇ ਯੈਸ ਕਿਸੇ ਨੇ ਰਾਹ ਵੀ ਪੁੱਛ ਲਓ ਤੁਹਾਨੂੰ ਯੈਸ ਟੂ ਗੋ ਦਿਸ ਸਾਈਡ ਗੋ ਦਿਸ ਸਾਈਡ ਉਹ ਵੀ ਜਾਣ ਫਟਾਫਟ ਪੂਰਾ ਜੇ ਬੰਦਾ ਸੁਸਤ ਵੀ ਹੋਵੇ ਨੀਂਦ ਨੂੰਦ ਵੀ ਆਈ ਹੋਵੇ ਤਾਂ ਉਹਨੂੰ ਪੂਰਾ ਜੋਸ਼ ਜਿਹੜਾ ਉਹ ਦਵਾ ਦਿੰਦਾ ਸੋ ਧੰਨਵਾਦ ਦੀ ਅਸੀਂ ਅੱਜ ਗੱਲ ਕਰਨੀ ਹੈ ਥੈਂਕਸ ਗਿਵਿੰਗ ਡੇ ਦੇ ਉੱਪਰ ਥੈਂਕਸ ਗਿਵਿੰਗ ਡੇ ਬਾਰੇ ਤੁਸੀਂ ਜਾਗੇ ਮੈਂ ਹਰ ਵਾਰੀ ਮੈਂ ਗੂਗਲ ਤੋਂ ਲਿਖ ਕੇ ਲਿਆਉਣਾ ਹੁੰਦਾ ਅਤੇ ਮੁੜ ਕੇ ਤੁਹਾਨੂੰ ਪੜ੍ਹ ਕੇ ਸੁਣਾਉਂਦਾ ਹੁੰਦਾ ਅਤੇ ਅੱਜ ਮੈਂ ਇਹ ਸੋਚਿਆ ਵੀ ਤੁਸੀਂ ਕੋਈ ਜਾਣਕਾਰੀ ਦੇਣੀ ਚਾਹੋ ਥੈਂਕਸ ਗਿਵਿੰਗ ਬਾਰੇ ਜਾਂ ਕੱਲ੍ਹ ਨੂੰ ਹੁਣ ਬਲੈਕ ਫਰਾਈਡੇ ਹੈਗਾ ਕੋਈ ਸ਼ੋਪਿੰਗ ਸ਼ੁਪਿੰਗ ਕਰਨ ਜਾਣ ਦਾ ਹੁਣ ਮੂਡ ਹੋਵੇ ਅਸੀਂ ਨਿਊਯਾਰਕ ਦੀ ਈਸਟ ਕੋਸਟ ਦੀ ਗੱਲ ਕਰੀਏ ਤਾਂ ਉੱਥੇ ਤਾਂ ਲੋਕ ਹੁਣ ਲੱਗ ਗਏ ਹੁਣ ਲਾਈਨਾਂ ਦੇ ਵਿੱਚ ਚਾਹੇ ਪੰਜਾਬੀ ਵੀ ਬਹੁਤ ਸਾਰੇ ਜਾਂਦੇ ਨੇ ਇਸ ਵੇਲੇ ਰੋਟੀ ਰੋਟੀ ਖਾ ਕੇ ਚੱਲ ਜਾਂਦੇ ਨੇ ਅਤੇ ਜਾ ਕੇ ਸਟੋਰਾਂ ਦੇ ਵਿੱਚ ਲਾਈਨਾਂ ਲੱਗਦੇ ਨੇ ਔਰ ਵਾਕਿਆ ਹੀ ਅੱਜ ਦੇ ਦਿਨ ਜਿਹੜੀ ਹੈ ਕਾਫੀ ਕਈ ਚੀਜ਼ਾਂ ਬਹੁਤ ਸਸਤੀਆਂ ਮਿਲ ਜਾਂਦੀਆਂ ਜਿਹੜੀ $100 ਵਾਲੀ $10 $20 ਮਿਲਦੀ ਕਿਉਂ ਆ ਇਹ ਨਹੀਂ ਪਤਾ ਵੀ ਇਹਦਾ ਮਤਲਬ ਜਾਂ ਤਾਂ ਪਹਿਲਾਂ ਮੰਜੀ ਠੋਕਦੇ ਪੂਰੀ ਉਹ ਪਹਿਲਾਂ ਠੋਕ ਕੇ ਪ੍ਰਾਈਸ ਲਾਉਂਦੇ ਆ ਅਤੇ ਜਾਂ ਫਿਰ ਚੀਜ਼ ਮਤਲਬ ਹੁੰਦੀ ਇੰਨੇ ਕੁ ਦੀ ਹੈ ਪਹਿਲਾਂ ਠੋਕ ਕੇ ਲਾਉਂਦੇ ਜਾਂ ਫਿਰ ਪਹਿਲਾਂ ਘਰ ਪੂਰਾ ਕਰ ਲੈਂਦੇ ਉਹ ਅਤੇ ਉਦੋਂ ਬਾਅਦ ਅੱਜ ਉਹ ਜਿਹੜਾ ਬਚਿਆ ਖੁਚਿਆ ਮਾਲ ਆ ਫਿਰ ਹੈਗਾ ਜਾਂ ਜਿਹੜਾ ਨਹੀਂ ਵਿਕਦਾ ਵੁਕਦਾ ਅਤੇ ਉਹਨੂੰ ਵੀ ਸਸਤਾ ਕਰਕੇ ਵੀ ਲਾ ਦਿੰਦੇ ਹੋਣੇ ਨੇ ਇੱਕ ਤਾਂ ਮੈਂ ਇਹ ਚਾਹਾਂਗਾ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਜਿਹੜੀਆਂ ਲੈਣੀਆਂ ਜਦੋਂ ਅਤੇ ਉਦੋਂ ਮੈਂ ਇਹ ਚਾਹਾਂਗਾ ਵੀ ਤੁਸੀਂ ਧੰਨਵਾਦ ਕਿਸੇ ਦਾ ਕਰਨਾ ਚਾਹੋ ਜਿਹਦਾ ਧੰਨਵਾਦ ਤੁਸੀਂ ਕੀਤਾ ਨਾ ਹੋਵੇ ਦਿਲ 'ਚ ਹੋਵੇ ਵੀ ਯਾਰ ਉਹ ਬੰਦੇ ਨੇ ਮੇਰੇ ਬੜਾ ਕੰਮ ਆਇਆ ਮੇਰੇ ਮੈਨੂੰ ਤਾਂ ਥੈਂਕਸ ਕਰਨਾ ਚਾਹੀਦਾ ਨਾ ਅਤੇ ਇਹੋ ਜਿਹਾ ਕੋਈ ਵੀ ਕਿਸੇ ਦਾ ਨਾਂ ਲੈਣਾ ਚਾਹੋ ਚੰਗੀ ਗੱਲ ਹੈ ਚੰਗੀ ਗੱਲ ਹੈ ਨਾਂ ਲਵਾਂਗੇ ਚੰਗੀ ਗੱਲ ਹੈ ਜੇ ਕਿਸੇ ਨੂੰ ਮਾੜਾ ਕਹਿਣਾ ਹੋਵੇ ਕਿਸੇ ਨੇ ਮਾੜਾ ਕੀਤਾ ਹੋਵੇ ਉਹਦਾ ਨਾਂ ਲਈਏ ਉਹ ਥੋੜ੍ਹਾ ਜਿਹਾ ਔਖਾ ਲੱਗਦਾ ਜੇ ਕਿਸੇ ਨੇ ਕੋਈ ਚੰਗਾ ਕੀਤਾ ਸਾਡੇ ਬਾਰੇ ਤਾਂ ਉਹਦਾ ਨਾਂ ਲੈਣ ਦਾ ਕੋਈ ਹਰਜ ਨਹੀਂ ਹੈ ਜਿਵੇਂ ਮੈਨੂੰ ਇਸ ਲਾਈਨ ਦੇ ਵਿੱਚ ਮੈਂ ਤਾਂ ਮਕੈਨਿਕੀ ਕਰਦਾ ਸੀਗਾ ਮਕੈਨਿਕੀ ਵਿੱਚ ਕਦੇ ਸੋਚਿਆ ਵੀ ਨਹੀਂ ਸੀਗਾ ਵੀ ਇਸ ਲਾਈਨ ਦੇ ਵਿੱਚ ਆਵਾਂਗੇ ਤਾਂ ਸੋ ਪਹਿਲਾਂ ਜਰਨੈਲ ਘੁਮਾਨ ਹੁਣ ਜਿਹੜੇ ਹੈਗੇ ਨੇ ਉਹ ਭਗਵੰਤ ਮਾਨ ਦੇ ਨਾਲ ਉਹਨਾਂ ਨੇ ਮੈਨੂੰ ਮਿਲਾਇਆ ਅਤੇ ਕੈਸਟ ਸਾਡੀ ਜਿਹੜੀ ਪਹਿਲੀ ਕੁਲਫੀ ਗਰਮਾ ਗਰਮਾ ਆਈ ਸੀਗੀ ਉਹ ਰਿਕਾਰਡ ਕੀਤੀ ਸੋ ਮੈਨੂੰ ਇਸ ਲਾਈਨ 'ਚ ਮੈਂ ਇਉਂ ਸਮਝਦਾ ਕਿ ਮੈਂ ਅਗਰ ਅਮਰੀਕਾ ਬੈਠਾ ਤਾਂ ਮੇਰਾ ਬੇਸ ਮੇਰੀ ਪਹਿਲੀ ਇੱਟ ਜਿਹੜੀ ਹੈ ਨੀਂਹ ਦੀ ਉਹ ਜਰਨੈਲ ਘੁਮਾਨ ਨੇ ਰੱਖੀ ਹੈ ਜਿਸ ਦਿਨ ਮੈਨੂੰ ਉਹ ਕੈਸਟ ਦੇ ਵਿੱਚ ਉਹਨਾਂ ਨੇ ਲਿਆ ਸੀ ਸੋ ਇਹਦੇ ਵਾਸਤੇ ਮੈਂ ਘੁਮਾਨ ਸਾਹਿਬ ਦਾ ਬੜਾ ਧੰਨਵਾਦ ਕਰਦਾ ਹੁਣ ਵੀ ਫਿਲਮ ਬਣਾ ਰਹੇ ਨੇ ਬੜੀ ਵਧੀਆ ਯਾਰ ਅਨਮੁੱਲੇ ਰਿਟਰਨ ਜਿਹੜੀ ਹੈ ਕੰਪਲੀਟ ਹੋ ਗਈ ਉਹਨਾਂ ਦੀ ਸ਼ੁਭਕਾਮਨਾਵਾਂ ਦਿੰਦੇ ਹਾਂ ਉਹਨਾਂ ਨੂੰ ਅਸੀਂ ਅਤੇ ਬ੍ਰੇਕ ਤੋਂ ਬਾਅਦ ਜੀ ਤੋਂ ਇਹ ਕਾਲਾਂ ਲਵਾਂਗੇ ਤੁਹਾਡੀਆਂ ਦੇ ਅੰਦਰ ਹੋਠੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲ ਹਰ ਬ੍ਰੇਕ ਲੈਂਦੇ ਹਾਂ ਦੇਖਦੇ ਰਹੋ ਜਸ ਪੰਜਾਬੀ।
ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ। ਔਰ ਬ੍ਰੇਕ ਤੋਂ ਪਹਿਲਾਂ ਜਿਹੜੀ ਗੱਲਬਾਤ ਚੱਲਦੀ ਸੀ ਉਹ ਥੈਂਕਸ ਗਿਵਿੰਗ ਡੇ ਜਿਹੜਾ ਹੈਗਾ ਅੱਜ ਅਮੈਰੀਕਾ ਦਾ, ਕਨੇਡਾ ਦਾ ਅਕਤੂਬਰ 'ਚ ਹੁੰਦਾ। ਅਮੈਰੀਕਾ ਦੀ ਗੱਲ ਕਰੀਏ ਤਾਂ ਇਹ ਚੌਥੇ ਵੀਰਵਾਰ ਪੱਕਾ ਦਿਨ ਬੰਨਿਆ ਹੋਇਆ ਇਹ, ਔਰ ਬਹੁਤ ਸ਼ੁਰੂ ਤੋਂ ਵੈਸੇ ਮਨਾਇਆ ਜਾ ਰਿਹਾ। ਜਿਹੜੀ ਫੈਡਰਲ ਹੋਲੀਡੇ ਆ ਉਹ ਮੇਰੇ ਖਿਆਲ 1865 ਦੇ ਵਿੱਚ ਸ਼ੁਰੂ ਹੋਈ ਇਹਨਾਂ ਦੀ, ਜਿਹੜੀ ਇਹਨਾਂ ਨੇ ਪੱਕੀ ਸ਼ੁਰੂ ਕੀਤੀ ਹੈ। ਦਵਿੰਦਰ ਹੋਠੀ ਸਾਹਿਬ ਫੋਨ ਲਾਈਨ 'ਤੇ ਮੌਜੂਦ ਨੇ ਇਹ, ਮੈਨੂੰ ਲੱਗਦਾ ਅਮਰੀਕਾ ਰਹਿੰਦੇ ਨੇ, ਕਾਫੀ ਦੇਰ ਹੋ ਗਈ, ਬਹੁਤ ਜਾਣਕਾਰੀ ਹੋਣੀ ਅਮਰੀਕਾ ਬਾਰੇ। ਮੈਨੂੰ ਲੱਗਦਾ ਕੋਲੰਬਸ ਨੂੰ ਵੀ ਮਿਲੇ ਹੋਣੇ ਇਹ। ਦਵਿੰਦਰ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਥੈਂਕ ਯੂ। ਕੋਲੰਬਸ ਨੂੰ ਤਾਂ ਨਹੀਂ ਮਿਲੇ, ਇਹ ਤਾਂ ਮਤਲਬ ਤੁਹਾਨੂੰ ਤਾਂ ਮਿਲ ਲਿਆ ਨਾ ਆ ਗਏ। ਅੱਛਾ, ਅਤੇ ਅੱਛਾ ਇਹ ਥੈਂਕਸ ਗਿਵਿੰਗ ਡੇ ਜਿਹੜਾ, ਥੋੜ੍ਹੀ ਜਿਹੀ ਜਾਣਕਾਰੀ ਚਾਣਨਾ ਪਾਓ ਅਤੇ ਟੋਰਚ ਲੈ ਕੇ। ਨਹੀਂ ਟੋਰਚ ਲੈ ਕੇ ਤਾਂ ਜਿੱਦਾਂ ਇਹੀ ਆ, ਤੁਸੀਂ ਜਾਣਨਾ ਚਾਹੁੰਦਾ ਤਕਰੀਬਨ ਤੁਸੀਂ ਪਾ ਦਿੱਤਾ ਆ ਵੀ ਇੱਦਾਂ ਅਮੈਰੀਕਾ ਦੇ ਵਿੱਚ ਆਪਣੇ ਕਿ ਹਰ ਚੌਥੇ ਵੀਰਵਾਰ ਨੂੰ ਨਵੰਬਰ ਦਿਨ ਮਨਾਇਆ ਜਾਂਦਾ, ਤੇ ਅਮੈਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਤੇ ਹੋਰ ਕੁਛ ਆਈਸਲੈਂਡ ਹੈਗੇ ਜਿਹਨਾਂ ਦੇ ਵਿੱਚ ਇਹ ਅਲੱਗ ਅਲੱਗ ਟਾਈਮ ਤੇ ਮਨਾਇਆ ਜਾਂਦਾ ਹਨਾ। ਇਹਦੇ ਚ ਅਮੈਰੀਕਾ ਚ ਵੈਸੇ ਦੱਸਦੇ ਨੇ ਵੀ 1799 ਤੋਂ ਸ਼ੁਰੂ ਹੋਇਆ ਸੀ, ਪਰ ਜਿਹੜੀ ਛੁੱਟੀ ਇਹਨਾਂ ਨੇ 1863 ਤੋਂ, ਮੈਂ 1865 ਪਹਿਲਾਂ ਬੋਲ ਗਿਆ, 1863 ਤੋਂ ਫੈਡਰਲ ਛੁੱਟੀ ਜਿਹੜੀ ਸ਼ੁਰੂ ਕੀਤੀ ਸੀ ਇਹਨਾਂ ਨੇ। ਹਾਂਜੀ ਹਾਂਜੀ, ਤੇ ਉਹ ਤੋਂ ਬਾਅਦ ਬਸ ਫਿਰ ਲਗਾਤਾਰ ਚੱਲੀ ਜਾਂਦਾ ਆ, ਤੇ ਜਿੱਦਾਂ ਹੁਣ ਤੇ ਸਾਰੀਆਂ ਫੈਮਿਲੀਆਂ ਇਕੱਠੀਆਂ ਹੁੰਦੀਆਂ ਆ, ਜੋ ਕਹਿੰਦੇ ਵੀ ਤਕੜਾ ਵੱਡਾ ਸਾਰਾ ਬਣਾ ਕੇ ਡਿਨਰ, ਤੇ ਸਾਰੇ ਬਹਿ ਕੇ ਇਕੱਠੇ ਕਰਦੇ ਤੇ ਆਪਣੇ ਜਿਹੜੇ ਵਿਛੜੇ ਪਰਿਵਾਰ ਹੁੰਦੇ ਤੇ ਸਾਰੇ। ਟਰਕੀ ਦਾ ਵਿਚਾਰੇ ਦਾ ਕੀ ਕਸੂਰ ਆ ਅੱਜ ਦੇ ਦਿਨ? ਟਰਕੀ ਦਾ ਟਰਕੀ ਦੇ ਮੈਂ ਕਾਰਟੂਨ ਬਹੁਤ ਦੇਖੇ, ਇੱਕ ਟਰਕੀ ਦੇ ਕਹਿੰਦੇ ਵੀ ਮੈਨੂੰ ਉਹਨੇ ਫੋਨ ਫੜਿਆ ਹੋਇਆ ਟਰਕੀ ਦੇ ਹੱਥ 'ਚ, ਹਾਂਜੀ, ਤੋ ਦੂਜੇ ਟਰਕੀ ਨੂੰ ਦੱਸ ਰਿਹਾ ਵੀ ਕਹਿੰਦਾ ਮੇਰੇ ਨਾ ਲੱਖਾਂ ਫਾਲੋਅਰ ਨੇ ਤਾਂ ਅੱਜ ਮੈਨੂੰ ਰਾਤ ਨੂੰ ਸਾਰੇ ਡਿਨਰ ਤੇ ਸੱਦ ਰਹੇ ਨੇ ਕਹਿੰਦਾ। ਇਹਦਾ ਵਿਚਾਰੇ ਦਾ ਕੀ ਕਸੂਰ ਹੈ, ਮਤਲਬ ਕੀ ਕੀ ਕਹਾਣੀ ਰਹੀ ਹੋਏਗੀ? ਟਰਕੀ ਕਿਉਂ ਉਹਨਾਂ ਨੇ ਜਿਹੜਾ ਪੇਸ਼ ਕੀਤਾ, ਕੁੱਕੜ ਬੱਕਰਾ ਕੋਈ ਝੋਟਾ ਝੋਟਾ ਕਿਉਂ ਨੀ ਪੇਸ਼ ਕੀਤਾ? ਦੇਖੋ ਦੇਖੋ ਭਾਜੀ, ਜਿੱਦਾਂ ਵੀ ਹਰ ਇੱਕ ਜਿਹੜਾ ਇਹ ਜਿੱਦਾਂ ਕਹਿ ਲਓ ਆਪਾਂ ਕੀ ਕਹਿ ਲਈਏ, ਕਬੀਲਾ ਕਹਿ ਲਓ, ਨਸਲ ਕਹਿ ਲਓ, ਉਹਦਾ ਆਪੋ ਆਪਣਾ ਟੇਸਟ ਹੁੰਦਾ ਹਨਾ। ਕਿਤੇ ਕਿਸੇ ਨੂੰ, ਕਿਸੇ ਜਾਨਵਰ ਨੂੰ ਕਿਤੇ ਪੂਜਿਆ ਜਾਂਦਾ, ਦੂਜੇ ਮੁਲਕ ਚ ਉਹਨੂੰ ਬੜੇ ਸਵਾਦ ਨਾਲ ਖਾਧਾ ਜਾਂਦਾ ਹਨਾ, ਜਿੱਦਾਂ ਪੂਰ ਦਾ ਨਾਂ ਦਾ ਲਾ ਲਓ ਹਨਾ, ਬਣ ਰੱਖਿਆ ਬਣਾ ਰੱਖਿਆ ਪਤਾ ਨੀ ਕਿਉਂ ਕਿਵੇਂ। ਹਾਂਜੀ, ਤੇ ਇੱਦਾਂ ਕਹਿੰਦੇ ਵੀ ਜਿੱਦਾਂ ਫੋਨ ਚ ਆਇਆ ਵੀ ਜਦੋਂ ਯੂਰੋਪੀਅਨ ਇੱਥੇ ਆਏ ਆ ਤੇ ਜਿਹੜੇ ਇੱਥੇ ਦੇ ਲੋਕ ਸੀਗੇ ਉਹਨਾਂ ਨੇ ਉਹਨਾਂ ਨੂੰ ਟਰਕੀ ਜਿਹੜੀ ਆ ਉਹ ਖੁਆਈ ਸੀਗੀ ਮਾਰ ਕੇ ਨਾ ਪਹਿਲੀ ਵਾਰੀ, ਯੂਰੋਪੀਅਨ ਜਦੋਂ ਪਹਿਲੀ ਵਾਰ ਆਏ ਇੱਥੇ। ਹਾਂਜੀ ਹਾਂਜੀ ਹਾਂਜੀ, ਇਹ ਫੋਨ ਦੇ ਵਿੱਚ 1799 ਤੋਂ ਪਹਿਲਾਂ ਆਏ ਹੋਣਗੇ। ਹਾਂਜੀ, ਤੇ ਜਦੋਂ ਵੀ ਉਹ ਆਏ ਤੇ ਇਹਨਾਂ ਨੇ ਉਹਨਾਂ ਨੂੰ ਕੀਤਾ, ਤੇ ਫਿਰ ਬਾਅਦ ਵਿੱਚ ਉਹ ਧੰਨਵਾਦ ਦੇ ਤੌਰ ਤੇ ਉਹ ਚੱਲ ਪਿਆ, ਜਿਹੜਾ ਟਰਕੀ ਦਾ ਡਿਨਰ ਚੱਲ ਪਿਆ ਪੱਕਾ। ਤੇ ਜਿੱਦਾਂ ਇਹ ਕਹਿੰਦੇ ਵੀ ਜਿਹੜੇ ਇੱਥੇ ਦੇ ਕਬੀਲੇ ਦੇ ਲੋਕ ਸੀਗੇ ਨਾ, ਜਿਹੜੇ ਜਨਮ ਆਪਾਂ ਕਹਿੰਦੇ ਰੈਡ ਇੰਡੀਅਨ ਜਾਂ ਜੋ ਵੀ ਸੀਗੇ, ਜਾਂ ਜਿੱਥੇ ਕੋ ਗਏ ਸੀਗੇ ਯੂਰੋਪੀਅਨ ਪਹਿਲਾਂ, ਉਸ ਕਬੀਲੇ ਦੇ ਉਸ ਏਰੀਏ ਦੇ ਲੋਕ ਸੀ, ਉਹ ਉਹਨਾਂ ਦਾ ਇਹ ਫੇਵਰੇਟ ਜਿਹੜਾ ਉਹ ਸੀਗਾ ਮੀਟ। ਉਹ ਕਹਿੰਦੇ ਹੁੰਦੇ ਵੀ ਦੁਨੀਆ ਭਰ ਦੇ ਜਿੰਨੇ ਬੇੜਾ ਮੰਨਿਆ ਤੇ ਸਾਰੇ ਇਹਦੇ ਵਿੱਚ ਹੀ ਆ ਹਨਾ ਉਸ ਟਾਈਮ ਤੇ, ਮੰਨਣਾ ਸੀਗਾ। ਲੌਜਿਕ ਹੋਏਗਾ ਕੋਈ ਨਾ ਕੋਈ। ਹਾਂਜੀ ਹਾਂਜੀ, ਕੋਈ ਉਹਨਾਂ ਦਾ ਆਪੋ ਆਪਣਾ ਤਰੀਕਾ ਹੁੰਦਾ ਨਾ, ਜਿੱਦਾਂ ਕਹਿ ਦਿੰਦੇ ਆ, ਇਹੋ ਜਿਹੀ ਚੀਜ਼ ਸੀਗੀ। ਤੇ ਹੁਣ ਤੇ ਕਹਿੰਦੇ ਟਰਕੀ ਦਾ ਵਿਚਾਰੀ ਦਾ ਇਹ ਹਾਲ ਆ ਵੀ ਟਰਕੀ ਇੰਨੀ ਜਿਹੜੀ ਉਹ ਖਾਧੀ ਜਾਂਦੀ ਆ, ਟਰਕੀ ਵੀ ਕਹਿੰਦੇ ਪਾਗਲ ਹੋ ਗਿਆ, ਇੱਕ ਦਿਨ ਸੜਕ ਤੇ ਨਿਕਲਿਆ ਥੈਂਕਸਗਿਵਿੰਗ ਵਾਲੇ ਦਿਨ ਨਾ, ਤੇ ਉਹਨੂੰ ਲੋਕਾਂ ਨੇ ਪੁੱਛਿਆ ਵੀ ਤੂੰ ਕਾਹਦੇ ਕਿਸੇ ਸੜਕ ਤੇ ਆ, ਇਹਦੀ ਮੈਂ ਤੇ ਇਹੀ ਆ ਵੀ ਲੋਕੀ ਭੁਲੇਖੇ ਨਾ ਮੈਨੂੰ ਕੁੱਕੜੀ ਸਮਝ ਲੈਣ, ਅੱਜ ਕੁੱਕੜ ਸਮਝ ਛੱਡ ਲੈ ਸਹੀ ਛੱਡ ਦੇ ਕੁੱਕੜ ਨੇ। ਕਹਿੰਦੇ ਕੁੱਕੜ ਨੇ ਟੌਚ ਕੀਤਾ ਟਰਕੀ ਨੂੰ ਵੀ ਅੱਜ ਦੇ ਦਿਨ ਪੁੱਛਿਆ ਵੀ ਕੀ ਹਾਲ ਹੈ, ਤੂੰ ਕਹਿੰਦੀ ਮੇਰਾ ਤਾਂ ਅੱਜ ਦੇ ਦਿਨ ਬੁਰਾ ਹਾਲ ਹੁੰਦਾ, ਤੇਰਾ ਤਾਂ ਪੰਜਾਬੀ ਰੋਜ਼ ਬੁਰਾ ਹਾਲ ਕਰਦੇ, ਤੈਨੂੰ ਤਾਂ ਰੋਜ਼ ਨਹੀਂ ਛੱਡਦੇ। ਅੱਛਾ ਚਲੋ, ਤੇ ਖੈਰ ਇਹ ਦਿਨ ਹੈਗੇ ਨੇ ਜੀ ਇਹਨਾਂ ਦੇ ਥੈਂਕਸ ਗਿਵਿੰਗ, ਇਹ ਕਿਸਮ ਦਾ ਇਹਨਾਂ ਨੇ ਦਿਨ ਰੱਖਿਆ ਹੋਇਆ, ਔਰ ਬੜਾ ਲੌਂਗ ਵੀਕਐਂਡ ਹੁੰਦਾ ਇਹ, ਕੋਈ ਨਹੀਂ ਮਿਲਦਾ ਇਹਨਾਂ ਦਿਨਾਂ ਦੇ ਵਿੱਚ ਕਿਸੇ ਨੂੰ ਫੋਨ ਕਰ ਲਓ। ਔਰ ਸਾਡੇ ਵੀ ਇੱਥੇ ਗੁਆਂਢ ਦੇ ਵਿੱਚ ਜਿਹੜੀਆਂ ਹੋਰ ਕਮਿਊਨਿਟੀ ਨੇ, ਸਪੈਨਿਸ਼ ਵਗੈਰਾ ਹੈਗੇ ਨੇ, ਉਹ ਤਾਂ ਬਹੁਤ ਵੱਡੇ ਪੱਧਰ 'ਤੇ ਕਰਦੇ ਨੇ, ਅੱਜ ਗੱਡੀਆਂ ਹੀ ਗੱਡੀਆਂ ਖੜੀਆਂ ਬਾਹਰ ਇੱਥੇ। ਨਹੀਂ ਦੇਖੋ, ਮੇਰਾ ਮੰਨਣਾ ਇਹ ਆ ਭਾਜੀ ਵੀ ਟਰਕੀ ਤੁਸੀਂ ਖਾਵੋ ਨਾ ਖਾਵੋ ਇਹ ਇੱਕ ਅਲੱਗ ਵਿਸ਼ਾ ਹਨਾ, ਪਰ ਜਿੱਥੇ ਵੀ ਤੁਸੀਂ ਰਹਿੰਦੇ ਆ ਉਹਨਾਂ ਤਿਉਹਾਰਾਂ ਦੇ ਵਿੱਚ ਸ਼ਾਮਿਲ ਹੋਣਾ ਜਿਹੜਾ ਆਪਣਾ ਤਕਰੀਬਨ ਫਰਜ਼ ਹੀ ਸਮਝ ਲਓ ਕਿ ਜ਼ਰੂਰੀ ਸ਼ਾਮਿਲ ਹੋਣਾ ਚਾਹੀਦਾ, ਤਿਉਹਾਰ ਵੱਧ ਕਰਕੇ ਮਨਾਉਣੇ ਚਾਹੀਦੇ, ਕਿਉਂਕਿ ਦੇਖੋ ਤੁਸੀਂ ਬੰਦਾ ਕਾਹਦੇ ਵਾਸਤੇ ਕੰਮ ਕਰਦਾ ਕਿ ਮੇਰਾ ਫਿਊਚਰ ਸਿਕਿਓਰ ਹੋ ਜਾਵੇ, ਤੁਹਾਡਾ ਫਿਊਚਰ ਕੀ ਹੁੰਦਾ, ਤੁਹਾਡਾ ਫਿਊਚਰ ਹੁੰਦਾ ਤੁਹਾਡੇ ਨਿਆਣੇ, ਤੁਹਾਡੇ ਨਿਆਣੇ ਹੁਣ ਇਸ ਦੇਸ਼ ਦੇ ਵਾਸੀ ਆ, ਉਹਨਾਂ ਨੇ ਇੱਥੇ ਰਹਿਣਾ ਹਨਾ, ਤੇ ਤੁਹਾਨੂੰ ਵੀ ਵਿੱਚ ਸੈਲੀਬ੍ਰੇਟ ਹੋਣਾ ਚਾਹੀਦਾ ਪੂਰੀ ਤਰ੍ਹਾਂ ਮਿਕਸ ਹੋ ਕੇ, ਠੀਕ ਹੈ ਤੁਸੀਂ ਆਪਣਾ ਜਿਹੜਾ ਜੋ ਵੀ ਤੁਸੀਂ ਆਪਣਾ ਧਰਮ ਬੋਲੀ ਆ ਉਹ ਸਾਰਾ ਕੁਝ, ਇਹ ਤੇ ਕੋਈ ਨਹੀਂ ਰੋਕਦਾ, ਆਪਾਂ ਆਪਣਾ ਨਾਲ ਨਾਲ ਪ੍ਰੈਕਟਿਸ ਕਰੀ ਚਲੋ। ਤੇ ਪਰ ਜਿੱਥੇ ਵੀ ਤੁਸੀਂ ਹੁਣ ਇੰਡੀਆ ਦੇ ਵਿੱਚ ਰਹਿੰਦੇ ਆ ਉੱਥੇ ਵੀ ਹੁਣ ਬੜਾ ਇਸ਼ੂ ਆ, ਕੋਈ ਕਹਿੰਦੇ ਦੀਵਾਲੀ ਇਹਦਾ ਤਿਉਹਾਰ ਹੈ, ਕੋਈ ਕਹਿੰਦੇ ਇਹਦਾ, ਚਲੋ ਪਰ ਜਿਹੜੇ ਉੱਥੇ ਰਹਿੰਦੇ ਜਿੱਥੇ ਵੀ ਤੁਸੀਂ ਰਹਿੰਦੇ ਉੱਥੇ ਮਨਾਉਂਦੇ ਆ, ਜਿਹੜੇ ਆਪਣੇ ਭਾਈ ਅਰਬ ਦੇਸ਼ਾਂ 'ਚ ਰਹਿੰਦੇ ਆ ਹਨਾ ਮੁਸਲਮਾਨਾਂ ਦੇ ਦੇਸ਼, ਉਹ ਈਦ ਵੀ ਮਨਾਉਂਦੇ ਆ। ਦੇਖੋ ਜੀ, ਇਹ ਤਾਂ ਹੁਣ ਬਣਾਤੇ, ਹੁਣ ਬਣਾਤੇ ਆ ਮੈਨੂੰ ਲੱਗਦਾ ਪਿਛਲੇ 30-40 ਸਾਲ ਤੋਂ ਬਾਅਦ, ਜਾਂ ਜਿਹੜੇ ਲੀਡਰਾਂ ਨੇ, ਪੋਲੀਟੀਕਲ ਪਾਰਟੀਆਂ ਨੇ, ਸਰਕਾਰਾਂ ਨੇ ਬਣਾਤੇ ਵੀ ਆ ਉਹਦਾ ਤਿਉਹਾਰ, ਉਹਦਾ ਤਿਉਹਾਰ ਵਿੱਚ ਘੁਸਪੈਠ ਕਰਕੇ, ਨਹੀਂ ਤਾਂ ਪਿੰਡ 'ਚ ਕਿਸੇ ਨੂੰ ਨਹੀਂ ਪਤਾ ਹੁੰਦਾ ਸੀ, ਹਿੰਦੂ ਮੁਸਲਿਮ ਸਿੱਖ ਸਾਰੇ
ਇਕੱਠੇ ਹੁੰਦੇ ਸੀ ਔਰ ਸਾਰਿਆਂ ਦਾ ਉਹ ਤਿਉਹਾਰ ਹੁੰਦਾ ਸੀ, ਪੰਜਾਬੀਆਂ ਦਾ ਤਿਉਹਾਰ ਹੁੰਦਾ ਸੀ, ਇਹ ਤਾਂ ਹੁਣ ਬਣਾ ਦਿੱਤੇ ਜੀ ਇਹਨਾਂ ਨੇ। ਬਿਲਕੁਲ ਬਿਲਕੁਲ ਅਸਲ 'ਚ ਕੋਈ ਵੀ ਤਿਉਹਾਰ ਆ ਹੋਣਾ ਵੀ ਇਸੇ ਤਰ੍ਹਾਂ ਚਾਹੀਦਾ ਹਨਾ, ਇਸ ਤਰ੍ਹਾਂ ਤੇ ਉਹ ਮਨਾਉਣਾ ਵੀ ਚਾਹੀਦਾ ਅੱਛਾ ਤੇ ਵਿੱਚ ਇਨਵੋਲਵ ਹੋਣਾ ਚਾਹੀਦਾ ਪੂਰੀ ਤਰ੍ਹਾਂ। ਤੇ ਸੇਲ ਬਾਰੇ ਕਿੱਦਾਂ ਫਿਰ ਬਲੈਕ ਫਰਾਈਡੇ ਵਾਲੀ ਸੇਲ ਜਿਹੜੀ ਹੁਣ ਰਾਤ ਨੂੰ ਲੋਕੀ ਲੱਗੇ ਹੋਣੇ ਲਾਈਨਾਂ 'ਚ, ਬੜੀ ਧੱਕਾ ਮੁੱਕੀ ਹੁੰਦੀ ਹੈ ਪੂਰੀ? ਮੇਰਾ ਤਾਂ ਕੰਮ ਹੋ ਗਿਆ, ਮੈਂ ਨਹੀਂ ਜਾਂਦਾ ਹੁਣ ਕਿਤੇ, ਮੇਰਾ ਤਾਂ ਕੰਮ ਅਜੇ ਹੋ ਗਿਆ। ਕੰਮ ਹੋ ਗਿਆ ਬਲੈਕ ਫਰਾਈਡੇ ਪਹਿਲਾਂ ਹੀ ਹੋ ਗਿਆ ਹੈ ਬਲੈਕ ਫਰਾਈਡੇ, ਕਿਉਂਕਿ ਕੱਲ ਨੂੰ ਵਾਈਫ ਨੇ ਕੰਮ ਤੇ ਜਾਣਾ ਸੀ, ਉਹ ਵੀਕ ਚ ਇੱਕੋ ਦਿਨ ਕੰਮ ਕਰਦੀ ਤੇ ਅੱਜ ਹੀ ਜਾ ਕੇ ਰਗੜਿਆ ਦਾ ਕੰਮ, ਚਲੋ ਅੱਜ ਸੁਨਹਿਰਾ ਦੇ ਜਾ ਵੜਿਆ ਤੇ ਦੋਨੇ 9 ਸਫ਼ ਜਾ ਕੇ ਕਹਿੰਦੀਆਂ 3 ਕੁ ਫੋ ਦਾ ਕੰਮ ਆ, 8 ਫੋ ਚ ਰਗੜ ਕੇ ਆਈਆਂ, 8 ਫੋ ਚ ਰਗੜ ਕੇ। ਅੱਜ ਇੱਥੇ ਇੱਕ ਸੇਲ ਲੱਗੀ ਸੀ ਸੋਨੇ ਦੀ ਦੁਕਾਨ ਤੇ, ਤੇ ਸਵੇਰ ਤੋਂ ਤੜਕੇ ਤੋਂ ਲਾਈਨਾਂ ਲੱਗੀਆਂ ਹੋਈਆਂ, ਮੈਂ ਹੈਰਾਨ ਰਹਿ ਗਿਆ ਦੇਖ ਕੇ ਪੰਜਾਬੀ। ਹਾਂਜੀ ਹਾਂਜੀ ਮੈਂ ਸੁਣਿਆ ਕਹਿੰਦੇ ਵੀ ਉਹ ਕੁਛ ਦੇ ਰਿਹਾ ਸੀ, ਕੁਛ ਫ੍ਰੀ ਦੇ ਰਿਹਾ ਸੀ ਸ਼ਾਇਦ ਨਾ ਕੁਛ। ਉਹ ਇਦਾਂ ਸਾਰਾ ਕੁਛ ਹੀ ਸੀਗਾ। ਚਲੋ ਆਪਾਂ ਚੱਲਦੇ ਆ ਹੈਗੇ ਆ ਕਵਿਤਾ ਵਾਲੇ ਪਲ ਪਾਸੇ, ਤੇ ਬਾਕੀ ਬਾਕੀ ਮੇਰੇ ਵੀ ਘਰਦੇ ਗਏ ਹੋਏ, ਕ੍ਰੈਡਿਟ ਕਾਰਡ ਮੇਰਾ ਲੈ ਕੇ ਹੁਣ ਗਏ ਹੋਏ, ਪਤਾ ਨਹੀਂ ਦੇਖੋ ਬਾਕੀ ਰੱਬ ਰੱਖਾ। ਚਲੋ ਰੱਬ ਭਲੀ ਕਰੂ, ਕੋਈ ਨਹੀਂ ਚਾਹੀਦਾ ਵੀ ਮਾੜਾ ਮੋਟਾ। ਹਾਂਜੀ ਕਹਿੰਦੇ ਮੈਂ ਤੜਕੀ ਕਹਿੰਦੀ ਕਿ ਮੇਰੇ ਤੋਂ ਭੁੱਲ ਹੋ ਗਈ, ਕਾਹਨੂੰ ਵੱਢ ਦੇ ਨਾਲ ਮੈਨੂੰ ਚੱਕਵਾਂ ਦੇ। ਤੜਕੀ ਕਹਿੰਦੀ ਕਿ ਮੇਰੇ ਤੋਂ ਭੁੱਲ ਹੋ ਗਈ, ਉਹ ਕਾਹਨੂੰ ਵੱਢ ਦੇ ਨਾਲ ਮੈਨੂੰ ਚੱਕਵਾਂ ਦੇ, ਅੱਜ ਦੇ ਦਿਨ ਨੂੰ ਲੁਕਣ ਨੂੰ ਨਾ ਥਾਂ ਲੱਭੇ, ਕਿਉਂਕਿ ਨਿਆਣੇ ਖਾਂਦੇ ਨੇ ਬਹਿ ਕੇ ਨਾਲ ਬਾਪੂਆਂ ਦੇ। ਕਹਿੰਦੇ ਕਿਸੇ ਹੋਰ ਲਈ ਵੀ ਇਹੋ ਜਿਹਾ ਦਿਨ ਰੱਖੋ, ਸਾਰੇ ਮੈਨੂੰ ਕਿਉਂ ਵਾਢਾ ਲਾਈ ਜਾਂਦੇ, ਹੋਰ ਕਿਸੇ ਨੂੰ ਕੋਈ ਨਾ ਕੁਝ ਕਹਿੰਦਾ, ਸਾਰੇ ਮੈਨੂੰ ਅੱਜ ਦੇ ਦਿਨ ਖਾਈ ਜਾਂਦੇ। ਖੈਰ ਇਹ ਤੁਸੀਂ, ਤੇ ਮੈਂ ਜਿਹੜੀ ਕਵਿਤਾ ਭਾਜੀ ਕਰਨ ਲੱਗਾ ਨਾ, ਇਹ ਆ ਇੱਕ, ਇਹ ਦਿਨ ਸਾਰਿਆਂ ਤੇ ਆਉਣੇ ਆ ਹੋਈ ਹੋਈ, ਚਲੋ ਬਾਕੀ ਹੁੰਦਾ ਕਿ ਅਲੱਗ ਅਲੱਗ ਤਰੀਕੇ ਨਾਲ ਆਉਂਦੇ। ਇੱਕ ਬੇਬੇ ਤੇ ਬਾਪੂ ਨਾ ਬੁੜੇ ਹੋ ਜਾਂਦੇ ਆ, ਉਹਨਾਂ ਨੇ ਆਪਣੇ ਨਿਆਣੇ ਪੜ੍ਹਾ ਤੇ ਬਾਹਲੇ ਹੀ ਜ਼ਿਆਦੇ, ਜਿੱਦਾਂ ਆਪਾਂ ਸਾਰਿਆਂ ਨੇ ਦਿੱਤੀ ਐਜੂਕੇਸ਼ਨ ਬੱਚਿਆਂ ਨੂੰ, ਉਹਨਾਂ ਨੇ ਵੀ ਬੱਚੇ ਆਪਣੇ ਐਜੂਕੇਸ਼ਨ ਦਿੱਤੀ ਤਾਂ ਬਾਹਲੀ ਜ਼ਿਆਦਾ ਦੇਤੀ, ਬਾਹਲੀ ਜ਼ਿਆਦਾ ਦੇਤੀ, ਤਾਂ ਮਤਲਬ ਕਿ ਉਹ ਮੁੜ ਕੇ ਘਰੇ ਨੀ ਮੁੜੇ ਹਨਾ, ਮਦਰ ਡੇ ਤੇ ਫਾਦਰ ਡੇ ਤੇ ਫੋਨ ਫਾਨ ਆਉਂਦਾ ਹੁੰਦਾ, ਜ਼ਿਆਦਾ ਪੜ ਗਿਆ। ਤੇ ਉਹ ਹੁਣ ਬੇਬੇ ਬਾਪੂ ਦੋਨੇ ਜਾਣੇ ਘਰ ਆ, ਕਿਰਾਂ ਦੇ ਆਏ ਆ, ਜਵਾਨੀ ਦੇ ਵੇਲੇ ਦੇ ਆਏ ਆ, ਪੂਰੀ ਤਰ੍ਹਾਂ ਮੈਕਸ ਆ ਵਿੱਚ ਹਨਾ। ਉਹ ਹੁਣ ਬੇਬੇ ਨਵੇਂ ਦੰਦ ਲਵਾ ਕੇ ਆਈ ਆ, ਤੇ ਉਹਦਾ ਟਰਕੀ ਖਾਣ ਨੂੰ ਜੀ ਕਰਦਾ ਹਨਾ, ਤੇ ਬਾਪੂ ਨਾਲ ਪੈਗ ਲੱਗਾ, ਬਾਪੂ ਨੂੰ ਟਿੱਚਣਾ ਕਰਦਾ ਵੀ ਤੂੰ ਨਾ ਖਾਈ। ਉਹ ਕੀ ਕਹਿੰਦੀ ਆ ਬੇਬੇ, ਕੀ ਕਹਿੰਦੀ, ਕਹਿੰਦੀ ਵੇ ਮੇਰੇ ਜੋਗੀ ਵਿੱਚ ਪਤੀਲੇ ਛੱਡੀ ਗਏ ਨਹੀਂ, ਕਹਿੰਦੀ 10 ਭੋਲੇ ਦੇ ਪਾਪਾ ਤਰਕੀ ਵੱਢੀ ਗਏ ਨਹੀਂ। ਅੱਛਾ ਕਹਿੰਦੀ ਵੇ ਹੁੰਦਾ ਵਿੱਚ ਰਸੋਈ ਦੇ ਖੜਕਾ, ਮੈਨੂੰ ਲੱਗੇ ਤੂੰ ਲਾਉਣਾ ਤੜਕਾ, ਵੇ ਵਿੱਚ ਮਿਰਚ ਪਾਈ ਨਾ ਤਿੱਕੀ, ਵਿੱਚ ਮਿਰਚ ਪਾਈ ਨਾ ਤਿੱਖੀ, ਥੋੜੀ ਤਰੀ ਬਣਾ ਲਈ ਫਿੱਕੀ, ਕਹਿੰਦੀ ਮੈਨੂੰ ਭੁੱਖ ਲੱਗੀ ਅੱਜ ਵਾਹੀ, ਤਾਈਓ ਪਈ ਮੈਂ ਇੰਨੀ ਕਾਹੀ, ਕਹਿੰਦੀ ਕੱਲੀ ਤਰੀ ਤਰੀ ਮੈਂ ਅੱਜ ਖਾਣੀ, ਚਰੁੰਡਣੀ ਹੱਡੀ ਨਹੀਂ, ਵੇ 10 ਭੋਲੇ ਦੇ ਪਾਪਾ ਤੜਕੀ ਵੱਢੀ ਗਈ ਨਹੀਂ। ਤੇ ਬਾਪੂ ਕਹਿੰਦਾ ਗੱਲ ਸੁਣ ਮੇਰੀ ਬੁੜੀਏ, ਐਵੇਂ ਦੇਖ ਦੇਖ ਨਾ ਝੁਰੀਏ, ਕਹਿੰਦਾ ਬਣਾ ਕੇ ਦਾਲ ਤੂੰ ਖਾ ਲਾ ਰੋਟੀ ਨੀ, ਤੇਰੇ ਮੂੰਹ ਵਿੱਚ ਦੰਦ ਬਣਾਉਟੀ, ਕਹਿੰਦੀ ਐਵੇਂ ਖਿੱਚੀ ਆਉਣੀ ਆ ਪੀੜੀ, ਕਿੱਦਾਂ ਖਾਏਗੀ ਤੜਕੀ ਚਿੜੀ, ਐਵੇਂ ਔਖੀ ਹੋਵੇਗੀ, ਕਹਿੰਦਾ ਜੇ ਤੂੰ ਦਾਲ ਨਾ ਖਾ ਲਿਆ ਰੋਟੀ ਰਾਤ ਨੂੰ ਸੌਖੀ ਸੋਵੇਂਗੀ, ਸ਼ੁਗਲ ਮੇਲਾ ਕਰਦੇ ਦੋਨੇ ਹਨਾ। ਅੱਛਾ ਅੱਛਾ ਵਧੀਆ। ਤਾਂ ਬੇਬੇ ਫੇਰ ਕਹਿੰਦੀ ਆ ਵੀ ਅੱਜ ਮੈਨੂੰ ਲੱਗਦਾ ਵਾਗ ਦਵਾਈ, ਘਰ ਵਿੱਚ ਰੌਣਕ ਲੱਗੀ ਵਾਹੀ, ਹੁੰਦਾ ਕੋਈ ਨੀ ਘਰ ਦੋਨੇ ਜਾਣੇ ਹੁੰਦੇ ਆ ਪਰ ਫੀਲਿੰਗ, ਵੀ ਅੱਜ ਮੈਨੂੰ ਲੱਗਦਾ ਵਾਂਗ ਦਿਵਾਲੀ, ਘਰ ਵਿੱਚ ਰੌਣਕ ਲੱਗੀ ਵਾਹੀ, ਲੋਕੀ ਇੱਕ ਦੂਜੇ ਘਰ ਜਾਂਦੇ, ਭਰ ਭਰ ਪਲੇਟਾਂ ਤੜਕੀ ਖਾਂਦੇ, ਤੇ ਸਾਰੇ ਥੈਂਕਸਗਿਵਿੰਗ ਮਨਾਉਂਦੇ, ਸਾਰੇ ਥੈਂਕਸਗਿਵਿੰਗ ਮਨਾਉਂਦੇ, ਜਾ ਕੇ ਇੱਕ ਦੂਜੇ ਘਰ ਵਾਂਢੇ, ਕਹਿੰਦੀ ਵੇ ਇੰਡੀਆ ਵਾਂਗਰ ਤੂੰ ਵੀ ਘਰ ਦੀ ਦਾਰੂ ਕੱਢੀ ਕੇ ਨਹੀਂ, ਵੇ 10 ਭੋਲੇ ਦੇ ਪਾਪਾ ਤੜਕੀ ਵੱਢੀ ਕੇ ਨਹੀਂ। ਤੇ ਫਿਰ ਬਾਪੂ ਕਹਿੰਦਾ ਨੀ ਤੂੰ ਕਾਹਨੂੰ ਜਾਨੀ ਬੋਲੀ, ਜਾ ਹੁਣ ਚੱਕ ਲਿਆ ਤੂੰ ਕੌਲੀ, ਆ ਲੈ ਬਣ ਗਈ ਤਰੀ ਕਰਾਰੀ, ਹੁਣ ਤੇਰੀ ਰੋਟੀ ਲਾਉਣ ਦੀ ਵਾਰੀ, ਕਹਿੰਦਾ ਮੈਂ ਵੀ ਛਿੱਲ ਟਮਾਟਰ ਧੋਣਾ, ਨਾਲੇ ਕੱਟ ਸਲਾਦ ਬਣਾਉਣਾ, ਆਪੇ ਦੋਵੇਂ ਖਾਵਾਂਗੇ, ਲੋਕਾਂ ਵਾਂਗਰ ਆਪਾਂ ਵੀ ਥੈਂਕਸਗਿਵਿੰਗ ਮਨਾਵਾਂਗੇ, ਲੋਕਾਂ ਵਾਂਗਰ ਆਪਾਂ ਵੀ ਥੈਂਕਸਗਿਵਿੰਗ ਮਨਾਵਾਂਗੇ। ਬਹੁਤ ਦੇਰ ਪਹਿਲਾਂ ਮੇਰੇ ਖਿਆਲ 4-5 ਸਾਲ ਪਹਿਲਾਂ ਸਾਂਝੇ ਆਪਾਂ ਇਦਾਂ ਦੀ ਕਵਿਤਾ ਕੀਤੀ ਤਕਰੀਬਨ, ਇਹ ਆਪਣਾ ਉਹ ਤੋਂ ਬਾਅਦ ਅੱਜ ਹੀ ਦੁਬਾਰਾ ਇਹ ਥੈਂਕਸਗਿਵਿੰਗ ਵਾਲੇ ਦਿਨ ਆਪਾਂ ਇਕੱਠੇ ਇਹ ਪ੍ਰੋਗਰਾਮ ਹੋਇਆ ਇਹ, ਉਦੋਂ ਦਿਨ ਅੱਗੇ ਪਿੱਛੇ ਹੋ ਜਾਂਦਾ ਲੰਘ ਜਾਂਦਾ ਦਿਨ ਅੱਗੇ ਵਿੱਚ। ਥੈਂਕਸਗਿਵਿੰਗ ਦੀ ਆਪਾਂ ਗੱਲ ਕਰਦੇ ਹਾਂ, ਜੇ ਅਗਰ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਕਰੀਏ, ਪੰਜਾਬ 'ਚ ਕਿਸ ਤਰ੍ਹਾਂ ਥੈਂਕਸਗਿਵਿੰਗ ਹੋਣਾ ਚਾਹੀਦਾ, ਕਿਹਦਾ ਕਿਹਦਾ ਥੈਂਕਸ ਹੋਣਾ ਚਾਹੀਦਾ, ਜਾਂ ਤੁਸੀਂ ਕਿਹਦਾ ਥੈਂਕਸ ਕਰਨਾ ਚਾਹੁੰਦੇ ਹੋ ਅੱਜ ਇਸ ਔਨ 에ਅਰ ਟੀਵੀ ਤੇ? ਦੇਖੋ ਜੀ ਥੈਂਕਸਗਿਵਿੰਗ ਥੈਂਕ ਤੇ ਕਹਿੰਦੇ ਨੇ ਧੰਨਵਾਦ ਦਿਓ ਪਰਮਾਤਮਾ ਦਾ, ਆਪਣੇ ਯਾਰਾਂ ਦੋਸਤਾਂ ਮਿੱਤਰਾਂ ਦਾ, ਘਰ ਪਰਿਵਾਰ ਵਾਲਿਆਂ ਦਾ, ਮਾਂ ਪਿਓ ਦਾ, ਜਿਹਨਾਂ ਨੇ ਪਾਲ ਪੋਸ਼ ਕੇ ਇੱਥੇ ਕੀਤਾ, ਤੁਹਾਡੇ ਵਰਗੇ ਭਰਾਵਾਂ ਦਾ, ਤੇ ਜਸ ਟੈਲੀਵੀ ਜਸ ਪੰਜਾਬੀ ਟੀਵੀ ਦਾ, ਸਾਰੇ ਆਪਣੇ ਰੱਬ ਵਰਗੇ ਦਰਸ਼ਕਾਂ ਦਾ, ਇਹਨਾਂ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ। ਇਹ ਤਾਂ ਪਤਾ ਕੀ ਕੀਤਾ ਸੀ? ਹਾਂਜੀ ਇੱਕ ਜਗ੍ਹਾ ਪ੍ਰੋਗਰਾਮ ਚੱਲ ਰਿਹਾ ਸੀ ਕੋਈ ਮੇਲਾ, ਤੇ ਉੱਥੇ ਉੱਥੇ ਸਨਮਾਨ ਰੱਖਿਆ ਸੀ ਚਾਂਦੀ ਦਹੂਜਾ ਸਾਹਿਬ ਦਾ। ਚੰਗੀ ਗੱਲ ਆ ਵੀ ਤੁਸੀਂ ਮੇਰਾ ਸਨਮਾਨ ਕਰਦੇ ਹੋ, ਉਹਨਾਂ ਦਾ ਸਨਮਾਨ ਕਰਕੇ
ਤੇ ਚੰਗੀ ਗੱਲ ਹੈ, ਉਹਨਾਂ ਨੇ ਅਨਾਊਂਸ ਕੀਤਾ, ਸਟੇਜ 'ਤੇ ਸਪੀਚ ਦਿੱਤੀ ਵੀ ਬਹੁਤ ਚੰਗੀ ਗੱਲ ਹੈ। ਉਦੋਂ ਬਾਅਦ ਚੱਲ ਦੋ ਚਾਰ ਕਲਾਕਾਰਾਂ ਦਾ ਕਰਤਾ ਸਨਮਾਨ, ਫਿਰ ਉਹ ਜਮਾਂ ਹੀ ਉਹ ਆ ਗਏ ਭੋਲਾ ਰੋਡੇ ਵਾਲਾ, ਉਹਦਾ ਸਨਮਾਨ ਕਰਤਾ ਜੀ, ਆਪਣਾ ਸਿੰਗਰ ਹੈਗਾ ਸਾਡੇ ਗੁਆਂਢੀ, ਉਹਦਾ ਵੀ ਚੰਜੀ ਦੂਜਾ ਬਰਾਬਰ ਕਰਦਾ। ਫਿਰ ਕਰਦੇ ਕਰਾਉਂਦੇ ਜੀ ਆਹ ਟੈਂਟ ਵਾਲਾ ਜਿਹੜਾ ਟੈਂਟ ਬਹੁਤ ਵਧੀਆ ਲਾਇਆ, ਉਹਦਾ ਵੀ ਸਨਮਾਨ ਕਰ ਦਿੱਤਾ। ਉਹਨੇ ਤਾਂ ਫਿਰ ਸਾਰਿਆਂ ਦਾ ਹੀ ਕਰਤਾ ਹੁਣ ਸਨਮਾਨ, ਵੈਸੇ ਧੰਨਵਾਦ ਜਿਹੜਾ ਹੈਗਾ। ਨਹੀਂ ਦੇਖੋ ਧੰਨਵਾਦ ਤੇ ਫਾਰਮ ਦਾ ਬੰਦਾ ਕਿਹਦਾ ਕਿਹਦਾ ਕਰੇ, ਤੇ ਤੁਸੀਂ ਗੁੰਜਲ ਕੁਐਸਚਨ ਨੇ ਗੁੰਜਲਦਾਰ ਪੁੱਛ ਲਿਆ ਨਾ, ਤਾਂ ਧੰਨਵਾਦ ਤੇ ਹਰ ਇੱਕ ਦਾ ਕੋਟਾ ਕੋਟ ਸ਼ੁਕਰ ਆ। ਨਹੀਂ ਫਿਰ ਵੀ ਜਿਵੇਂ ਮੈਂ ਦਵਿੰਦਰ ਧੰਨਵਾਦ ਕੀਤਾ ਜਰਨੈਲ ਕਮਾਂਡ, ਅਗਰ ਮੈਂ ਅੱਜ ਇੱਥੇ ਬੈਠਾ ਹੈ ਸਾਡੇ ਜੀ ਦਰਸ਼ਕਾਂ ਜੀ ਦੇ ਜੀ ਮੂਹਰੇ, ਜੀ ਜੀ ਤੇ ਬਿਲਕੁਲ ਮੈਂ ਬਿਲਕੁਲ ਧੰਨਵਾਦ ਤਾਂ ਉਹਨਾਂ ਦਾ ਹੀ ਕਰੂੰਗਾ ਜਿੱਥੋਂ ਪਹਿਲੀ ਇੱਟ ਰੱਖੀ, ਜਦੋਂ ਪਹਿਲੀ ਪਹਿਲੀ ਅੱਟ ਜਿਹੜੀ ਰੱਖੀ ਜਿਹਨੇ। ਬਿਲਕੁਲ ਬਿਲਕੁਲ ਜੀ ਤੁਸੀਂ ਉਹਨਾਂ ਕੋਲ ਅਗਰ ਬਿਲਕੁਲ, ਅਮਰੀਕਾ ਬੈਠੇ ਹੋ ਤਾਂ ਅਮਰੀਕਾ ਤੁਹਾਡੀ ਵੀ ਅੱਟ ਕਿਸੇ ਨੇ ਰੱਖੀ, ਤੁਹਾਡੀ ਅੱਟ ਜਾਂ ਅੱਟ ਨੇ ਰੱਖੀ ਹੋਣੀ ਮੈਨੂੰ ਲੱਗਦਾ। ਦੇਖੋ ਦੇਖੋ ਟੈਲੀਵਿਜ਼ਨ ਤੇ ਜਿਹੜਾ ਆ ਉਹ ਤੇ ਜਗਤਾਰ ਜੱਗੀ ਭਾਜੀ ਨੇ ਜਿਹਨਾਂ ਨੇ ਮੈਨੂੰ ਵਰਲਡ ਵਾਰ ਮਸ਼ਹੂਰ ਕਰ ਦਿੱਤਾ ਜਿੱਥੇ ਤੱਕ ਟੀਵੀ ਚੱਲਦਾ, ਤੇ ਤੁਹਾਡਾ ਧੰਨਵਾਦ ਬਹੁਤ ਬਹੁਤ। ਤੇ ਬਾਕੀ ਜਿੱਦਾਂ ਰੇਡਵੇ ਅਖਬਾਰਾਂ ਨਾਲ ਪਹਿਲਾਂ ਜੁੜਿਆ, ਪਰ ਟੀਵੀ ਦੇ ਉੱਤੇ ਤੇ ਮੈਂ ਤੁਹਾਡੇ ਨਾਲ ਹੀ ਹਾਂ ਜੀ ਜਿਉਂਦਾ ਹੈ ਨਾ ਜੀ। ਬਹੁਤ ਬਹੁਤ ਧੰਨਵਾਦ, ਚਲੋ ਠੀਕ ਹੈ ਦਵਿੰਦਰ, ਬਹੁਤ ਮਿਹਰਬਾਨੀ ਤੁਹਾਡੀ, ਠੀਕ ਹੈ ਭਾਜੀ, ਬਹੁਤ ਥੈਂਕ ਯੂ, ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਹੁਣ ਬ੍ਰੇਕ ਤੋਂ ਬਾਅਦ ਵਾਰੀ ਹੈ ਜੀ ਤੁਹਾਡੀਆਂ ਕਾਲਾਂ ਲੈਣ ਦੀ, ਹਮੇਸ਼ਾ ਦੀ ਤਰ੍ਹਾਂ ਆਪਾਂ ਕਾਲ ਕਰਕੇ ਫਿਰ ਗੱਲਬਾਤ ਕਰੀ ਦੀ ਹੈ। ਕਈ ਵਾਰੀ ਕੋਈ ਡੂੰਘਾ ਵਿਸ਼ਾ ਵੀ ਡਿਸਕਸ ਕਰ ਲਈਦਾ, ਕਈ ਵਾਰੀ ਵੈਸੇ ਸ਼ੁਗਲ ਮੇਲੇ ਦੇ ਵਿੱਚ ਵੀ ਕੋਈ ਨਾ ਕੋਈ ਵਿਸ਼ਾ ਰੱਖ ਲਈਦਾ। ਤੇ ਅੱਜ ਦਾ ਵਿਸ਼ਾ ਇਹ ਹੈਗਾ ਵੀ ਧੰਨਵਾਦ, ਜਿਹੜਾ ਸੱਚੀ ਧੰਨਵਾਦ ਅਗਰ ਅਸੀਂ ਗੱਲ ਕਰੀਏ ਪਰਮਾਤਮਾ ਤੋਂ ਬਾਅਦ, ਉਹ ਤਾਂ ਹੁੰਦੇ ਇੱਕ ਦੋ ਬੰਦੇ, ਬਾਕੀ ਜੇ ਫਿਰ ਵਿੱਚ ਟੈਂਟਾਂ ਵਾਲਾ ਦਾ ਕਰਨਾ ਤਾਂ ਉਹ ਵੱਖਰੀ ਗੱਲ ਆ, ਫਿਰ ਤਾਂ ਜਿੰਨੀ ਮਰਜ਼ੀ ਲੰਬੀ ਲਿਸਟ ਕਰ ਲਓ। ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਧੰਨਵਾਦ ਲਫ਼ਜ਼ ਬਾਰੇ, ਥੈਂਕ ਯੂ ਲਫ਼ਜ਼ ਬਾਰੇ, ਸੌਰੀ ਲਫ਼ਜ਼ ਬਾਰੇ, ਜਾਂ ਫਿਰ ਹੈਵ ਏ ਨਾਈਸ ਡੇ, ਅੰਗਰੇਜ਼ੀ ਦੇ ਤਿੰਨੇ ਅੱਖਰ ਨੇ ਅਤੇ ਆਪਾਂ ਪੰਜਾਬੀ ਦੇ ਵਿੱਚ ਇਹਦੀ ਗੱਲਬਾਤ ਕਰਨੀ ਆ। ਸੋ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਲਵਾਂਗੇ, ਤੁਸੀਂ ਨੰਬਰ ਡਾਇਲ ਕਰਕੇ ਕਾਲ ਕਰ ਸਕਦੇ ਹੋ। ਫਿਲਹਾਲ ਬ੍ਰੇਕ ਲੈਂਦੇ, ਦੇਖਦੇ ਹੋ ਜਸ ਪੰਜਾਬੀ। ਜੀ ਬ੍ਰੇਕ ਤੋਂ ਬਾਅਦ ਹਾਜ਼ਰ ਹੈ, ਗੱਲ ਚੱਲ ਰਹੀ ਧੰਨਵਾਦ ਦਿਵਸ ਜਿਹੜਾ ਹੈਗਾ ਅਮਰੀਕਾ ਦਾ, ਉੱਥੋਂ ਸ਼ੁਰੂ ਹੋ ਕੇ ਗੱਲ ਆਪਾਂ ਲੈ ਗਏ ਪੰਜਾਬ ਦੇ ਵਿੱਚ। ਵੈਸੇ ਅਸੀਂ ਵੀ ਧੰਨਵਾਦ ਕਰੀ ਜਾਂਦੇ ਹਾਂ, ਇੱਦਾਂ ਉਹਦਾ ਧੰਨਵਾਦ ਕਰਤਾ, ਆਹਦਾ ਕਰਤਾ, ਚਲੋ ਜਸ ਪੰਜਾਬੀ ਦਾ ਧੰਨਵਾਦ ਕਰਦੇ ਹਾਂ, ਉਹ ਵੀ ਤੁਹਾਨੂੰ ਤੁਹਾਡੇ ਰੂਬਰੂ ਜਿਹੜਾ ਕੀਤਾ। ਤਾਂ ਵੈਸੇ ਨਾ ਇੱਕ ਮੈਂ ਬੜੀ ਵਧੀਆ ਗੱਲ ਕਿਤੇ ਸੁਣ ਰਿਹਾ ਸੀਗਾ ਵੀ ਜਿਵੇਂ ਕਿਸੇ ਨੇ ਕੋਈ ਮਕਾਨ ਪਾ ਰਿਹਾ ਅਤੇ ਮਕਾਨ ਦੇ ਵਿੱਚ ਕਿਸੇ ਨੇ ਪੈਸੇ ਦੇ ਦਿੱਤੇ, ਸੀਮੈਂਟ ਦੇ ਦਿੱਤਾ, ਅਤੇ ਉਹਦੇ ਉਹਦਾ ਧੰਨਵਾਦ ਕਰਦੇ, ਮਕਾਨ ਪਾਤਾ ਅਤੇ ਜਿਹਨੇ ਹੋਰ ਹੈਲਪ ਕਰਤੀ ਉਹ ਧੰਨਵਾਦ ਕਰਦੇ ਹਾਂ। ਉਹ ਕਹਿੰਦੇ ਵੀ ਅਸੀਂ ਸਾਨੂੰ ਕੋਈ ਮੁੰਦੀ ਪਾ ਦਿੰਦਾ ਸੋਨੇ ਦੀ, ਮੁੰਦੀ ਪਾ ਦਿੰਦਾ ਅਤੇ ਮੁੰਦੀ ਵਾਲੇ ਦਾ ਚਾਅ ਚੜ੍ਹ ਜਾਂਦਾ, ਮੁੰਦੀ ਵਾਲਾ ਧੰਨਵਾਦ ਕਰਦੇ ਨਹੀਂ ਥੱਕਦੇ, ਉਹਦੇ ਗੁਣਗਾਨ ਕਰਦੇ ਨਹੀਂ ਥੱਕਦੇ ਵੀ ਇਹਨੇ ਮੈਨੂੰ ਸੋਨੇ ਦੀ ਮੁੰਦੀ ਦਿੱਤੀ ਹੈ। ਅਤੇ ਕਹਿੰਦੇ ਵੀ ਜਿਹਨੇ ਜਿਸ ਉਂਗਲੀ 'ਚ ਪਾਈ ਹੈ, ਜਿਹਨੇ ਉਹ ਉਂਗਲੀ ਦਿੱਤੀ ਉਹਨੂੰ ਭੁੱਲ ਜਾਂਦੇ ਅਸੀਂ, ਗਲ ਦੇ ਵਿੱਚ ਗਾਨੀ ਕਿਸੇ ਨੇ ਦੇ ਦਿੱਤੀ, ਨੈਕਲੈਸ ਦੇ ਦਿੱਤਾ ਕਿਸੇ ਬੀਬੀ ਨੂੰ, ਕੋਈ ਹਾਰ ਵਧੀਆ ਸੋਨੇ ਸੋਨੇ ਦੇ ਦਿੱਤਾ, ਅਤੇ ਉਹ ਚਾਹੇ ਘਰ ਵਾਲਿਆਂ ਨੇ ਦਿੱਤਾ, ਚਾਹੇ ਮਾਪਿਆਂ ਨੇ ਦਿੱਤਾ, ਚਾਹੇ ਕਿਸੇ ਭੈਣ ਭਰਾ ਨੇ ਦਿੱਤਾ, ਅਤੇ ਉਹਦੇ ਗੁਣਗਾਨ ਕਰਦੇ ਨਹੀਂ ਥੱਕਦੇ। ਉਹ ਕਹਿੰਦੇ ਵੀ ਜਿਸ ਗਲ 'ਚ ਹਾਰ ਪਾਇਆ, ਜਿਹਨੇ ਹਾਰ ਦਿੱਤਾ ਉਹਦਾ ਤਾਂ ਗੁਣਗਾਨ ਕਰਦੇ ਹਾਂ, ਅਤੇ ਜਿਹਨੇ ਉਹ ਗਲ ਦਿੱਤਾ ਜਿਹਦੇ 'ਚ ਹਾਰ ਪਾਇਆ ਉਹਦਾ ਗੁਣਗਾਨ ਅਸੀਂ ਕਰਦੇ ਨਹੀਂ ਹੈਗੇ। ਸੋ ਗੱਲਾਂ ਇਹੋ ਜਿਹੀਆਂ ਬੜੀਆਂ ਵਧੀਆ ਵਧੀਆ ਵਿੱਚ ਕਈ ਵਾਰੀ ਚੇਤੇ ਆ ਜਾਂਦੀਆਂ, ਅਤੇ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ, ਕਾਲ ਕਰਕੇ ਆਪਾਂ ਗੱਲਬਾਤ ਜਿਹੜੀ ਕਰ ਸਕਦੇ, ਸਾਡੇ ਲੱਖਾਂ ਪੰਜਾਬੀਆਂ ਨਾਲ ਕੋਈ ਵੀ ਕਿਸੇ ਤਰ੍ਹਾਂ ਦੀ ਗੱਲਬਾਤ ਜਿਹੜੀ ਸਾਂਝੀ ਕਰਨੀ ਚਾਹੁੰਦੇ ਹੋ ਅਤੇ ਆਪਾਂ ਹਮੇਸ਼ਾ ਹੀ ਤਰ੍ਹਾਂ ਅੱਜ ਵੀ ਕਰ ਸਕਦੇ। ਹੈਲੋ ਹੈਲੋ, ਹਾਂ ਬਈ ਜੱਗੀ ਵਾਹ, ਹਾਂਜੀ ਹਾਂਜੀ ਪੈਰੀ ਪੈਣਾ ਜੀ, ਕੀ ਹਾਲ ਚਾਲ ਜੀ, ਥੈਂਕਸ ਤੇ ਬਹੁਤ ਸੋਹਣਾ ਵਿਸ਼ਾ ਜਾਂਦਾ, ਥੈਂਕਸ ਗਿਵਿੰਗ ਡੇ। ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗੀ ਜੀ, ਇਹ ਪਹਿਲਾਂ ਧੰਨਵਾਦ ਕਰਦੀ ਆ ਮੈਂ ਬਾਬੇ ਨਾਨਕ ਦਾ, ਤੇ ਫੇਰ ਮੈਂ ਕਰਦੀ ਆ ਜੀ, ਤੇ ਫੇਰ ਮੈਂ ਕਰਦੀ ਆ ਆਪਦੇ ਮਾਂ ਪਿਓ ਦਾ ਜਿਹਨੇ ਸਾਨੂੰ ਇਸ ਦੁਨੀਆਂ ਦਿਖਾਈ ਹੈ, ਤੇ ਫੇਰ ਮੈਂ ਕਰਦੀ ਆ ਵੇਰਵਾ ਕਰਦੀ ਆ ਜਸ ਪੰਜਾਬੀ ਦਾ, ਵੇਰਵਾ ਕਰਦੀ ਆ ਬੋਲੀ ਪੰਜਾਬੀ ਦੀ, ਤੇ ਫੇਰ ਮੈਂ ਧੰਨਵਾਦ ਕਰਦੀ ਆ ਜਿਹੜੀ ਮੇਰੀ ਕੁੜੀ ਨੇ ਸਾਨੂੰ ਮੰਗਾਇਆ ਹੈ ਨਾ, ਤੇ ਫੇਰ ਜੱਗੀ ਸਾਹਿਬ ਤੇ ਆ ਧੰਨਵਾਦ ਕਰਦੀ ਆ, ਬਹੁਤ ਸੋਹਣਾ ਵਿਸ਼ਾ ਲਿਆਉਂਦੇ ਹੋ ਨਾ, ਤੇ ਅੱਜ ਹੈਗਾ ਭਾਈ ਤਰਕੀ, ਤਰਕੀ ਦਾ ਕੀ ਰੌਲਾ ਹੈ, ਤਰਕੀ ਆ ਤਰਕੀ ਆ ਜੇ ਸਾਇੰਸ ਦੇ, ਸਾਇੰਸ ਦੇ ਤਰਕੀ, ਤੇ ਸੇਲਾ ਲੱਗੀ ਆ ਨਾ, ਸੇਲੀਆ ਸੇਲਾ ਗਏ ਸੇਲ ਕਿਤੇ, ਹਾਂ ਸੇਲਾ ਲੱਗਿਆ ਸਾਡੇ ਵੀ ਗਏ ਹੋਏ ਆ, ਅੱਛਾ ਸੇਲਾ ਤੇ 8 ਘੰਟੇ ਹੋ ਗਏ, ਇੰਨਾ ਸਾਡੇ ਮੀਂਹ ਪਈ ਜਾਂਦਾ ਹੈ, ਨਹੀਂ ਮੀਂਹ ਪਈਦਾ ਹੀ ਦਰ ਵੀ ਦਿੱਕਤ ਸੀ, ਮੇਰੀ ਗੋਰੀ ਆਈ ਮੇਰੇ ਕੋਲ, ਗੋਰੀ ਆਉਂਦੀ ਉਹਨੇ ਮੈਨੂੰ ਸਾਂਭਾ ਲੱਤਾਂ ਵਾਹਾਂ ਮੇਰਾ ਪੁੱਤਾਂ, ਤੇ ਉਹ ਮੈਨੂੰ $20 ਦੇ ਕੇ ਗਈ, ਉਹ ਦੇ ਕੇ ਗਈ ਕਿ ਤੁਸੀਂ ਜਿਹਨੇ ਲੱਤਾਂ ਤੁਹਾਡੀਆਂ ਘੁੱਟਦੀ ਉਹ $20 ਵੀ ਨਾਲ ਦੇ ਗਈ, ਆ ਤਾਂ ਬੜੀ ਵਧੀਆ ਗੋਰੀ ਹੈ ਫਿਰ ਤਾਂ, ਹਾਂਜੀ ਮੈਂ ਕਿਹਾ ਗੋਰੀ ਬਹੁਤ ਵਧੀਆ, ਨਾਲੇ ਲੱਤਾਂ ਫਾਂ ਘੱਟ ਕੇ ਗਈ ਨਾਲੇ $20 ਦੇ ਗਈ, ਤੇ ਉਹ ਨਾ ਹਰ 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 ਨਾ ਹਰ ਤਿਉਹਾਰ ਤੇ ਮੈਨੂੰ $20 ਦੇ ਕੇ ਜਾਂਦੀ ਹੈ ਦੇ ਲੈ, ਅੱਛਾ ਤੇ ਨਹੀਂ ਤੁਸੀਂ ਹੇਵਾ ਟ੍ਰੇਨਿੰਗ ਕਿੱਥੇ ਲੈਣੀ ਹੋ, ਖਾਣਾ ਖਾ ਕੇ
ਹੁਣ ਮੈਂ ਰੋਟੀ ਖਾ ਕੇ ਤੇ ਮੈਂ ਕਿਹਾ ਵੀ ਜਗੀਰ ਸਾਹਿਬ ਦਾ ਚੋਰ ਨਾ ਲੰਘੇ ਤੇ ਅਰਬਾ ਕਰਬਾ ਪਿਆਰ ਵੇਰਾ ਤੁਹਾਨੂੰ ਤੇ ਬਹੁਤ ਸੋਹਣਾ ਵਿਸ਼ਾ ਲਿਆਉਂਦੇ ਆ ਤੁਸੀਂ ਅਸੀਂ ਸੋਹਣੇ ਵਿਸ਼ੇ ਲਿਆ ਕਰੋ ਤੁਸੀਂ ਵਾਹਿਗੁਰੂ ਬਾਬਾ ਨਾਨਕ ਦਾ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਿਹ ਹੋ ਕੇ ਵਾਹਿਗੁਰੂ ਬੇਟਾ ਹੋਰ ਵੀ ਕਿਸੇ ਦੇ ਕਾਲ ਲਵੋ ਹਾਂਜੀ ਹਾਂਜੀ ਤੁਸੀਂ ਮੇਰੀ ਗੱਲ ਸੁਣੀ ਨੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਮੀਂਹ ਕਿੱਥੇ ਪੈਂਦਾ ਹੁਣ ਸੈਕਰਾਮੈਂਟੋ ਦੇ ਵਿੱਚ ਅਸੀਂ ਰਹਿੰਦੇ ਇੱਥੇ ਤਾਂ ਮੀਂਹ ਹੈ ਨਹੀਂ ਇੱਥੇ ਸਵੇਰੇ ਮੀਂਹ ਬਹੁਤ ਸੀ ਜਦੋਂ ਤੜਕੇ ਦੀ ਗੱਲ ਕਰੀਏ ਤਾਂ ਉਦੋਂ ਮੀਂਹ ਬਹੁਤ ਜ਼ਿਆਦਾ ਸੀਗਾ ਉਦੋਂ ਤਾਂ ਇਉਂ ਲੱਗਦਾ ਸੀ ਵੀ ਅੱਜ ਹਟਣਾ ਹੀ ਨਹੀਂ ਸਾਰਾ ਦਿਨ ਔਰ ਤਾਹਾਂ ਨੂੰ ਅਗਰ ਦੇਖਦੇ ਸੀ ਸਨ ਫਰਾਂਸਿਸਕੋ ਵੱਲ ਨੂੰ ਤਾਂ ਉੱਧਰ ਤਾਂ ਐਂ ਲੱਗਦਾ ਸੀ ਵੀ ਹਨੇਰਾ ਹੋਇਆ ਹੁੰਦਾ ਇੰਨਾ ਜ਼ਿਆਦਾ ਬੱਦਲ ਸੀਗਾ ਸੋ ਮੈਂ ਇਹ ਪੁੱਛਣਾ ਚਾਹੁੰਦਾ ਮੀਂਹ ਪੈਂਦਾ ਕਿੱਥੇ ਹੈ ਸੋ ਗੱਲਬਾਤ ਜਿਹੜੀ ਅੱਜ ਤੁਹਾਡੇ ਨਾਲ ਚੱਲ ਰਹੀ ਹੈ ਇੱਕ ਜਿਹੜਾ ਡੱਬੀਆਂ ਦੇ ਉੱਪਰ ਡੱਬੀਆਂ ਦਾ ਬੜਾ ਰੌਲਾ ਪਿਆ ਸਾਨੂੰ ਬਹੁਤ ਸਾਰੇ ਫੋਨ ਆਉਂਦੇ ਨੇ ਜਿਹੜੀਆਂ ਵੀ ਸਾਡੇ ਹੁਣ ਜਸ ਪੰਜਾਬੀ ਚੱਲਦਾ ਨਹੀਂ ਇਹਦੀ ਜਗ੍ਹਾ ਹੋਰ ਚੱਲਣ ਲੱਗ ਪਿਆ ਸਾਡੇ ਰੋਜ਼ ਸਵੇਰ ਦੇ ਘੱਟੋ ਘੱਟ ਸਵੇਰ ਤੋਂ ਸਾਡੇ ਸਟੂਡੀਓ ਦੇ ਵਿੱਚ ਨਿਊਯਾਰਕ ਦੇ ਵਿੱਚ ਵੀ ਤਾਂ ਇੱਥੇ ਮੈਨੂੰ ਵੀ ਕਈ ਫੋਨ ਆਉਂਦੇ ਨੇ ਵੀ ਇਹਦਾ ਕੀ ਕਾਰਨ ਕੀ ਕਾਰਨ ਕੀ ਕਾਰਨ ਆ ਉਹਦਾ ਕਾਰਨ ਇਹ ਹੀ ਹੈ ਕਿ ਉਹ ਡੱਬੀਆਂ ਹੈਗੀਆਂ ਇਲੀਗਲ ਅਤੇ ਅਸੀਂ ਫਿਰ ਥੋੜ੍ਹਾ ਜਿਹਾ ਕਰਕੇ ਜ਼ੋਰ ਜ਼ੋਰ ਪਾ ਕੇ ਕੋਰਟ ਦੇ ਵਿੱਚੋਂ ਤਾਂ ਫਿਲਹਾਲ ਸਾਡਾ ਉਹ ਇਲੀਗਲ ਡੱਬੀਆਂ ਦੇ ਵਿੱਚੋਂ ਬੰਦ ਕਰਾਇਆ ਹੋਇਆ ਸੀ ਚਲੋ ਅਸੀਂ ਚਲਵਾ ਵੀ ਸਕਦੇ ਇਲੀਗਲ ਦੇ ਵਿੱਚ ਉਹਦਾ ਸਾਡਾ ਨੁਕਸਾਨ ਇਹ ਹੁੰਦਾ ਵੀ ਜਿਹੜੀ ਡਿਸ਼ਕ ਦੇ ਉੱਪਰੋਂ ਸਾਨੂੰ ਆਉਂਦਾ ਖਰਚਾ ਵੀ ਜਿੰਨੇ ਲੋਕਾਂ ਨੇ ਲਵਾਇਆ ਹੋਇਆ ਡਿਸ਼ ਉਹਦਾ ਉਹਦੇ ਸਾਨੂੰ ਥੋੜ੍ਹੇ ਬਹੁਤ ਵਿੱਚੋਂ ਪੈਸੇ ਦਿੰਦੇ ਨੇ ਉਹ ਜਿੰਨਾ ਸਾਡੇ ਖਰਚੇ ਪਾਣੀ ਚੱਲਦੇ ਆ ਉਹ ਫਿਰ ਉਹਨਾਂ ਨੇ ਘੱਟ ਘੱਟ ਗਏ ਜਿਵੇਂ ਜਿਵੇਂ ਡੱਬੀਆਂ ਆਈ ਗਈਆਂ ਫਿਰ ਡੱਬੀਆਂ ਦੀ ਸਿਕੰਜਾ ਜਿਹੜਾ ਅਸੀਂ ਉਹ ਟਾਈਟ ਕੀਤਾ ਥੋੜ੍ਹਾ ਜਿਹਾ ਅਤੇ ਉਹਨੂੰ ਦੇਖਦੇ ਉਹ ਗੱਲ ਚੱਲ ਰਹੀ ਹੈ ਗੱਲਬਾਤ ਮੈਨੂੰ ਲੱਗਦਾ ਵੀ ਜਨਵਰੀ ਤੱਕ ਸਾਰੀ ਕਲੀਅਰ ਜਿਹੜੀ ਹੋ ਜੂਗੀ ਕਿਉਂਕਿ ਉਹ ਡੱਬੀਆਂ ਵਾਲੇ ਨੂੰ ਦੇਖੋ ਜੀ ਬਿੱਲ ਸਾਰੀ ਮਿਹਨਤ ਸਾਰਾ ਖਰਚਾ ਇੰਨਾ ਇੰਡੀਆ ਦੇ ਵਿੱਚ ਏਡਾ ਵੱਡਾ ਸਟੂਡੀਓ ਹੈਗਾ ਉੱਥੇ 60-65 ਬੰਦੇ ਹੈਗੇ ਨਿਊਯਾਰਕ ਦੇ ਵਿੱਚ ਬਹੁਤ ਵੱਡੇ ਦੋ ਫਲੋਰ ਹੈਗੇ ਸਟੂਡੀਓ ਦੇ ਉੱਥੇ ਇੰਨੇ ਇੰਪਲਾਈ ਹੈਗੇ ਹੁਣ ਕੈਲੀਫੋਰਨੀਆ ਦੇ ਵਿੱਚ ਸਾਡਾ ਸਟੂਡੀਓ ਬਣ ਰਿਹਾ ਇੱਥੇ ਘੱਟੋ ਘੱਟ 2-2.5 ਲੱਖ ਦਾ ਖਰਚਾ ਉਹਦਾ ਹੋਣਾ ਔਰ ਖਰਚੇ ਸਾਰੇ ਤਾਂ ਮਿਹਨਤਾਂ ਜਿਹੜੀਆਂ ਅਸੀਂ ਕਰਦੇ ਹਾਂ ਤਾਂ ਉਹ ਫ੍ਰੀ ਦੇ ਵਿੱਚ ਕੀ ਕਰਦੇ ਆ ਪਰ ਇਹੋ ਜਿਹੀ ਹੁਣ ਤਕਨੀਕ ਹੀ ਆ ਗਈ ਵੈਸੇ ਤਾਂ ਅਸੀਂ ਕਿੰਨੇ ਤਰੱਕੀ ਕਰ ਗਏ ਮੁਲਕ ਫ੍ਰੀ ਦੇ ਵਿੱਚ ਸਾਡੀ ਉਹ ਫੀਡ ਜਿਹੜੀ ਹੈਗੀ ਆ ਉਹ ਚੱਕ ਲੈਂਦੇ ਨੇ ਚੱਕ ਕੇ ਮੁੜ ਕੇ ਉਹ ਡੱਬੀਆਂ 'ਤੇ ਪਾ ਦਿੰਦੇ ਨੇ ਸਾਰੇ ਚੈਨਲਾਂ ਦੀ ਹਾਲਾਂਕਿ ਸਾਡੇ ਦਰਸ਼ਕ ਜਿਹਨੂੰ ਹੁਣ ਦੇਖੋ ਜੀ ਜਿਹਦੇ ਫ੍ਰੀ 'ਚ ਮਿਲਦੀ ਚੀਜ਼ ਜਾਂ ਸਸਤੀ ਮਿਲਦੀ ਅਗਲਾ ਕੋਈ ਤਾਂ ਖੁਸ਼ ਹੁੰਦਾ ਪਰ ਇਹ ਹੈ ਵੀ ਕਿਸੇ ਦਾ ਨੁਕਸਾਨ ਕਰਕੇ ਅਗਰ ਸਾਨੂੰ ਫਾਇਦਾ ਹੁੰਦਾ ਤਾਂ ਮੇਰੇ ਹਿਸਾਬ ਦੇ ਨਾਲ ਉਹ ਫਾਇਦਾ ਨਹੀਂ ਲੈਣਾ ਚਾਹੀਦਾ ਸੋ ਡੱਬੀਆਂ ਦਾ ਵੀ ਇਹੀ ਰੌਲਾ ਜੀ ਇਹ ਜਸ ਸਿਰਫ ਜਸ ਪੰਜਾਬੀ ਜਿਹੜਾ ਅਸੀਂ ਸਿਕੰਜਾ ਕੱਸਿਆ ਕਿਉਂਕਿ ਸਾਡੀ ਜਿਹੜੀ ਕੰਪਨੀ ਅਮੈਰੀਕਨ ਹੈ ਪੰਜਾਬੀ ਦਾ ਪਹਿਲਾ ਅਮੈਰੀਕਨ ਚੈਨਲ ਜਿਹੜਾ ਉਹ ਸਿਰਫ ਜਸ ਪੰਜਾਬੀ ਹੈ ਬਾਕੀ ਜਿੰਨੇ ਪੰਜਾਬੀ ਚੈਨਲ ਨੇ ਉਹ ਸਾਰੇ ਇੰਡੀਆ ਦੇ ਨੇ ਇੰਡੀਆ ਦੀ ਕੰਪਨੀਆਂ ਨੇ ਅਸੀਂ ਅਮੈਰੀਕਾ ਦੇ ਹੋਣ ਕਰਕੇ ਅਸੀਂ ਇਹ ਸਿਕੰਜਾ ਕੱਸ ਸਕਦੇ ਹਾਂ ਹੋਰ ਜਿਹੜੇ ਬੈਠੇ ਨੇ ਉਹ ਸਿਕੰਜਾ ਨਹੀਂ ਕੱਸ ਸਕਦੇ ਸੋ ਇਹਦੇ ਵਾਸਤੇ ਅਸੀਂ ਚਲੋ ਇਹੀ ਕਹਿ ਸਕਦੇ ਹਾਂ ਜੀ ਸੌਰੀ ਜਿਹੜਾ ਲਫ਼ਜ਼ ਮੈਂ ਹੁਣ ਪਹਿਲਾਂ ਕਿਹਾ ਵੀ ਤੁਹਾਡੇ ਕੋਲੋਂ ਜਿਹੜੇ ਹੁਣ ਫ੍ਰੀ ਦੇਖਦੇ ਸੀਗੇ ਅਤੇ ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਸਲਿੰਗ ਜਿਹੜਾ ਸਲਿੰਗ ਵੀ ਸਸਤਾ ਹੀ ਪੈਂਦਾ ਡੱਬਾ ਵੈਸੇ ਤਾਂ ਸਲਿੰਗ ਵੀ ਤੁਸੀਂ ਲਵਾ ਸਕਦੇ ਹੋ ਸਲਿੰਗ ਦਾ ਵੀ ਪਰ ਉਹਦੇ ਵਾਸਤੇ ਸਮਾਰਟ ਟੀਵੀ ਚਾਹੀਦਾ ਜਿਹੜੇ ਅੱਜ ਕੱਲ੍ਹ ਆਉਂਦੇ ਨੇ ਤਾਂ ਉਹਦੇ 'ਚ ਆਟੋਮੈਟਿਕ ਹੀ ਸਾਰਾ ਕੁਛ ਹੈਗਾ ਫੀਡ ਕਰਕੇ ਸਲਿੰਗ ਵੀ ਚੱਲ ਸਕਦਾ ਪਰ ਡੱਬੀਆਂ ਦੀ ਜੇ ਗੱਲ ਕਰੀਏ ਤਾਂ ਡੱਬੀਆਂ ਹੋਰ ਲੋਕਾਂ ਨੂੰ ਫਾਇਦਾ ਹੋ ਸਕਦਾ ਤੁਹਾਨੂੰ ਦੇਖਣ ਵਾਲਿਆਂ ਨੂੰ ਡੱਬੀਆਂ ਦਾ ਫਾਇਦਾ ਹੋ ਸਕਦਾ ਪਰ ਜਸ ਪੰਜਾਬੀ ਨੂੰ ਫਾਈਨੈਂਸ਼ਲੀ ਉਹਦਾ ਕਾਫੀ ਨੁਕਸਾਨ ਹੋ ਰਿਹਾ ਸੀ ਇਸ ਕਰਕੇ ਉਹਦਾ ਥੋੜ੍ਹਾ ਸਿਕੰਜਾ ਕੱਸਿਆ ਅਤੇ ਉਮੀਦ ਹੈਗੀ ਹੈ ਵੀ ਜਨਵਰੀ ਤੱਕ ਸਾਰਾ ਕੁਛ ਠੀਕ ਹੋ ਜਾਏਗਾ ਉਹ ਸਾਡੇ ਨਾਲ ਕੋਈ ਬੈਠ ਕੇ ਕੰਟਰੈਕਟ ਕਰਨਗੇ ਜਾਂ ਕੋਈ ਗੱਲਬਾਤ ਕਰਨਗੇ ਤਾਂ ਉਦੋਂ ਬਾਅਦ ਇਹ ਮਸਲਾ ਹੱਲ ਹੋ ਸਕਦਾ ਵੈਸੇ ਡਿਸ਼ ਜਿਹੜੀ ਹੈਗੀ ਡਿਸ਼ ਨੇ ਵੀ ਬਹੁਤ ਵੱਡੇ ਪੱਧਰ 'ਤੇ ਇਹ ਜਿਹੜਾ ਡਿਸ਼ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਸੀਗਾ ਡਿਸ਼ ਦਾ ਔਰ ਸਲਿੰਗ ਦਾ ਤਾਂ ਉਹਨਾਂ ਨੇ ਵੀ ਵੱਡੇ ਪੱਧਰ 'ਤੇ ਇਹ ਮੁੱਦਾ ਉਠਾਇਆ ਕਹਿ ਲਓ ਚਾਹੇ ਵੱਡੇ ਪੱਧਰ 'ਤੇ ਇਹਨੂੰ ਲਿਆ ਵੱਡੇ ਲੰਮੇ ਹੱਥੀ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਵੀ ਲੰਮੇ ਹੱਥੀ ਨੂੰ ਲੈਣ ਦੀ ਕੋਸ਼ਿਸ਼ ਕੀਤੀ ਹੈ ਸੋ ਠੀਕ ਹੋ ਜਾਏਗਾ ਗੱਲ ਅਸੀਂ ਕਰਦੇ ਸੀ ਧੰਨਵਾਦ ਦੀ ਥੈਂਕਸ ਗਿਵਿੰਗ ਦੀ ਥੈਂਕਸ ਗਿਵਿੰਗ ਅਮਰੀਕਾ ਦੇ ਵਿੱਚ ਔਰ ਅੱਜ ਜਿਹੜੀਆਂ ਕਾਲਾਂ ਦਾ ਘੱਟਦਾ ਵੀ ਇਹੀ ਕਾਰਨ ਲੱਗਦਾ ਲੋਕ ਘਰਾਂ ਦੇ ਵਿੱਚ ਲੱਗਦੇ ਹੀ ਨਹੀਂ ਹੈਗੇ ਸਾਰੇ ਬਾਹਰ ਅੰਦਰ ਗਏ ਹੋਣੇ ਆ ਕੁਛ ਪਾਰਟੀਆਂ ਕਰਨ ਵਾਸਤੇ ਕੁਛ ਕਿਸੇ ਰਿਸ਼ਤੇਦਾਰ ਕੋਲ ਅਤੇ ਕੁਛ ਜਿਹੜੇ ਹੈਗੇ ਨੇ ਉਹ ਜ਼ਰੂਰ ਸ਼ੋਪਿੰਗ ਵਾਸਤੇ ਵੀ ਸਾਡੇ ਪੰਜਾਬੀ ਉਹ ਗਏ ਹੋਣਗੇ ਅੱਜ ਇਸ ਥੈਂਕਸ ਗਿਵਿੰਗ ਡੇ 'ਤੇ ਬਲੈਕ ਫਰਾਈਡੇ ਜਿਹੜਾ ਹੁਣ ਰਾਤ ਨੂੰ ਸ਼ੁਰੂ ਹੋ ਜਾਂਦਾ ਅਸੀਂ ਗੱਲ ਕਰੀਏ ਸਟੋਰਾਂ ਦੀ ਤਾਂ ਉਹ ਉੱਥੇ ਧੱਕਾ ਮੁੱਕੀ ਹੁੰਦੀ ਹੈ ਸਟੋਰਾਂ ਦੇ ਵਿੱਚ ਲੋਕ ਲਾਈਨਾਂ 'ਚ ਲੱਗ ਜਾਂਦੇ ਸ਼ਾਮ ਤੋਂ ਸ਼ਾਮੀ ਕਈ ਸਟੋਰ ਹੁਣ ਰਾਤੀ 9 ਵਜੇ ਖੁੱਲ੍ਹਦੇ ਨੇ ਕਈ ਰਾਤੀ 12 ਵਜੇ ਖੁੱਲ੍ਹਦੇ ਨੇ ਅਤੇ ਉਹਨਾਂ ਦੇ ਵਿੱਚ ਮੁੜ ਕੇ ਫਿਰ ਚੱਲ ਸੋ ਚੱਲ ਹੁੰਦੀ ਹੈ ਚਲੋ ਜੀ ਗੱਲਬਾਤ ਨਾਲ ਨਾਲ ਕਰਦੇ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਮਨਜੀਤ ਸਿੰਘ ਜੀ ਕਿੱਦਾਂ ਜੀ ਥੈਂਕਸ ਗਿਵਿੰਗ ਕੀ ਕਹਿੰਦਾ ਬਸ ਠੀਕ ਹੈ ਹੁਣ ਕਰ ਰਹੇ ਸੀ ਸ਼ਾਮ ਦੇ ਥੋੜ੍ਹਾ ਜਿਹਾ ਕੰਮ ਕਰਕੇ ਆਏ ਹਾਂ ਤੇ ਟਰਕੀ ਨੂੰ ਮੌਕਾ ਦਿੱਤਾ ਹੈ ਹਾਂਜੀ ਅੱਛਾ ਹਾਂਜੀ ਦਿਨੇ ਦਿਨ ਹੋ ਗਿਆ ਸੀਗਾ ਫਿਰ ਸ਼ਾਮੀ 5-6 ਘੰਟੇ ਕੰਮ ਤੇ ਲਾ ਕੇ ਆਏ ਹਾਂ ਅੱਛਾ ਕਈ ਤਾਂ ਨਾ ਕਈ ਮੈਂ ਦੇਖੇ ਚਾਹੇ ਗੋਰੇ ਆ ਚਾਹੇ ਆਪਣੇ ਪੰਜਾਬੀ ਨੇ ਪੰਜਾਬੀ ਵੀ ਬਹੁਤ ਸਾਰੇ ਦੋਸਤ ਮਿੱਤਰ ਜਿਹੜੇ ਹੈਗੇ ਨੇ ਉਹ ਕਹਿੰਦੇ ਜੀ ਸਾਨੂੰ ਜਮਾਂ ਸਵਾਦ ਨਹੀਂ ਲੱਗਦੀ ਟਰਕੀ ਜਮਾਂ ਭੋਰਾ ਸਵਾਦ ਨਹੀਂ ਲੱਗਦੀ ਪਰ ਅਸੀਂ ਫਿਰ ਵੀ ਅੱਜ ਦੇ ਦਿਨ ਅਸੀਂ ਖਾਂਦੇ ਮੈਂ ਕਿਹਾ ਇਹ ਚੰਗਾ ਕੰਮ ਹੋਇਆ
ਨਹੀਂ ਚਲੋ ਜਿਹੜੇ ਬੱਚੇ ਆ ਸਕੂਲੇ ਵਗੈਰਾ ਜਾਂਦੇ ਆ ਉਹਨਾਂ ਨੂੰ ਦੱਸਣਾ ਹੁੰਦਾ ਨੈਕਸਟ ਵੀਕ। ਅੱਛਾ ਮਨਜੀਤ ਸਿੰਘ ਜੀ, ਕੋਈ ਐਸਾ ਸ਼ਖਸ ਜਿਹਦਾ ਤੁਸੀਂ ਪਰਮਾਤਮਾ ਤੋਂ ਬਾਅਦ ਧੰਨਵਾਦ ਕਰਨਾ ਚਾਹੁੰਦੇ ਹੋ ਅੱਜ ਥੈਂਕਸਗਿਵਿੰਗ ਡੇ ਤੇ? ਅਸੀਂ ਤਾਂ ਤੁਹਾਨੂੰ ਧੰਨਵਾਦ ਕਰਦੇ ਹਾਂ ਜਿਹਨਾਂ ਪਹਿਲਾਂ ਸਾਨੂੰ ਜਨਮ ਦਿੱਤਾ, ਸਾਨੂੰ ਪਾਲਿਆ ਪੋਸਿਆ, ਸਾਨੂੰ ਬਾਹਰ ਭੇਜਿਆ। ਬਾਕੀ ਨਹੀਂ ਕੋਈ ਆਮ ਲੋਕਾਂ ਦੀ ਅਸੀਂ ਗੱਲ ਕਰੀਏ, ਆਮ ਲੋਕਾਂ ਦੇ ਵਿੱਚੋਂ ਕਿਸੇ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੋਵੇ, ਬਹੁਤ ਜ਼ਿਆਦਾ ਸਪੋਰਟ ਕੀਤੀ ਹੋਵੇ, ਤੁਹਾਨੂੰ ਕੋਈ ਚੰਗੀ ਗੱਲ ਦੱਸੀ ਹੋਵੇ? ਹਾਂਜੀ, ਸਪੋਰਟ ਜੇ ਸਾਨੂੰ ਦੋਸਤਾਂ ਨੇ ਬਹੁਤ ਦਿੱਤੀ ਆ ਕੇ ਜਦੋਂ ਅਸੀਂ ਇੱਥੇ ਆਏ ਹਾਂ, ਤੇ ਅਸੀਂ ਗਾਹਾਂ ਦੋਸਤਾਂ ਦੀ ਹੈਲਪ ਕੀਤੀ ਆ, ਤੇ ਉਹਨਾਂ ਦਾ ਵਿਚਾਰਿਆਂ ਦਾ ਬਹੁਤ ਧੰਨਵਾਦ ਕਰਦੇ ਜਿਹਨੇ ਸਾਨੂੰ ਮੈਸਾ ਚਿਹਰਾ ਪਾ ਕੇ ਰਹਿਣ ਨੂੰ ਜਗ੍ਹਾ ਦਿੱਤੀ ਸਾਨੂੰ ਜੀ। ਚਲੋ ਬਹੁਤ ਮਿਹਰਬਾਨੀ ਜੀ, ਮੈਂ ਤੁਹਾਡਾ ਧੰਨਵਾਦ ਕਰਨਾ ਕਿ ਤੁਸੀਂ ਕਾਲ ਕਰਦੇ ਹੋ, ਪ੍ਰੋਗਰਾਮ ਦੇਖਦੇ ਹੋ, ਪਸੰਦ ਕਰਦੇ ਹੋ, ਪਿਆਰ ਕਰਦੇ ਹੋ। ਹਾਂਜੀ ਹਾਂਜੀ, ਬਸ ਅਸੀਂ ਕੰਮ ਤੋਂ ਮੈਂ ਤੁਹਾਡਾ ਦੇਖਿਆ ਪ੍ਰੋਗਰਾਮ। ਚਲੋ ਮਿਹਰਬਾਨੀ ਜੀ, ਮਿਹਰਬਾਨੀ ਸਾਹਿਬ ਮਨਜੀਤ ਸਿੰਘ ਜੀ, ਮਿਹਰਬਾਨੀ, ਬਹੁਤ ਮਿਹਰਬਾਨੀ। ਗੱਲਾਂ ਬਾਤਾਂ ਬ੍ਰੇਕ ਤੋਂ ਬਾਅਦ ਫਿਰ ਕਰਾਂਗੇ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਥੈਂਕਸ ਗਿਵਿੰਗ ਡੇ ਦੇ ਉੱਪਰ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਜਾਂ ਫਿਰ ਕੋਈ ਕਿਸੇ ਦਾ ਥੈਂਕਸ ਕਰਨਾ ਚਾਹੁੰਦੇ ਹੋ? ਵੈਸੇ ਮੈਂ ਵਿਸ਼ਾ ਰੱਖਦਾ ਹੁੰਦਾ ਕੋਈ ਨਾ ਕੋਈ ਐਨ ਕੜਕਦਾ ਫੜਕਦਾ, ਪਰ ਅੱਜ ਕੋਈ ਨਹੀਂ, ਧੰਨਵਾਦ ਦੀ ਗੱਲ ਚੱਲਦੀ ਹੈ, ਧੰਨਵਾਦ ਕਿਸੇ ਦਾ ਤੁਸੀਂ ਕਰ ਸਕਦੇ ਹੋ। ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਗੱਲਾਂ ਕਰਾਂਗੇ, ਗੱਲਾਂ ਤਾਂ ਜਿਹੜੀਆਂ ਕਰਾਂਗੇ ਆਪਾਂ ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ, ਅਤੇ ਫਟਾਫਟ ਕਾਲਾਂ ਵਾਲੇ ਪਾਸੇ ਚੱਲਦੇ ਹਾਂ ਅਤੇ ਜਾਣਦੇ ਹਾਂ ਵਿਚਾਰ ਵੀ ਕੌਣ ਕਿਹਦਾ ਧੰਨਵਾਦ ਕਰਨਾ ਚਾਹੁੰਦਾ ਅਤੇ ਕਿਉਂ ਕਰਨਾ ਚਾਹੁੰਦਾ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਵਧਾਈਆਂ ਥੈਂਕਸਗਿਵਿੰਗ ਦੀਆਂ ਤੁਹਾਨੂੰ ਬਹੁਤ ਬਹੁਤ। ਜੀ ਜੀ, ਤੁਹਾਨੂੰ ਵੀ ਬਹੁਤ ਬਹੁਤ ਜੀ, ਤੇ ਜ਼ਰੂਰ ਜਾਣਕਾਰੀ ਕੋਈ ਹੈਗੀ ਤਾਂ ਉਹ ਵੀ ਸਾਂਝੀ ਕਰ ਸਕਦੇ। ਜਾਣਕਾਰੀ ਤਾਂ ਮੈਂ ਤਾਂ ਤੁਹਾਡੇ ਤੋਂ ਪੁੱਛਣਾ, ਇਹਦੀ ਬੈਕਗ੍ਰਾਉਂਡ ਕੀ ਆ? ਪਰ ਬੈਕਗ੍ਰਾਉਂਡ ਯੂਰੋਪੀਅਨ ਆਏ ਸੀ ਪਹਿਲੀ ਵਾਰ ਇੱਥੇ ਕੋਈ। ਹਾਂ, ਉਹਨਾਂ ਨੂੰ ਫੇਰ ਖੈਰ ਮੇਰੇ ਖਿਆਲ ਭੁੱਖੇ ਸੀ ਉਹ। ਹਾਂਜੀ ਹਾਂਜੀ, ਤੇ ਉਹਨਾਂ ਨੂੰ ਕਿਸੇ ਟਰਕੀ ਦਾ ਖਿਲਾਇਆ ਸੀ। ਇਹ ਨਾ ਜੀ, ਇਹ ਮੇਰੇ ਖਿਆਲ ਇੱਦਾਂ ਹੈਗਾ ਵੀ ਜਿਵੇਂ ਸਾਡੇ ਪੰਜਾਬ ਦੇ ਬਹੁਤ ਸਾਰੀਆਂ ਚੀਜ਼ਾਂ ਨੇ, ਲੋਕ ਵਿਸ਼ਵਾਸ ਨੇ, ਉਹ ਪਿੱਛੋਂ ਪੀੜ੍ਹੀ ਦਰ ਪੀੜ੍ਹੀ ਚੱਲੀਆਂ ਆਉਂਦੀਆਂ, ਤੇ ਸਾਨੂੰ ਉਹਦੇ ਕੋਈ ਬਾਹਲੀ ਅਹਿਮੀਅਤ ਜਾਂ ਬਾਹਲੀ ਇਹ ਨਹੀਂ ਪਤਾ ਹੁੰਦਾ ਵੀ ਰੀਜ਼ਨ ਕੀ ਹੈ। ਇਹ ਮੈਂ ਦੱਸਾਂ, ਤੁਹਾਡੇ ਜਿਹੜਾ ਲੇਬਰ ਡੇ ਵੀ ਮਨਾਉਂਦੇ ਆ, ਇਹਦੀ ਬੈਕਗ੍ਰਾਉਂਡ ਹੈਗੀ ਆ, ਕੋਈ ਮਜ਼ਦੂਰ ਬਹੁਤ ਮਾਰੇ ਸੀ। ਹਾਂਜੀ, ਨਹੀਂ ਇੱਕ ਬੈਕਗ੍ਰਾਉਂਡ ਤਾਂ ਹਰ ਚੀਜ਼ ਦੀ ਹੈਗੀ ਹੈ, ਹੈਗੀ ਆ, ਸਾਰਿਆਂ ਦੀ ਬੈਕਗ੍ਰਾਉਂਡ ਹੈਗੀ, ਤਦੇ ਗੋਰੇ ਮਨਾਉਂਦੇ ਆ। ਹਾਂਜੀ, ਨਹੀਂ 1799 ਤੋਂ ਪਹਿਲਾਂ ਦੀ ਗੱਲ ਹੈ, 1799 ਤੋਂ ਇਹ ਸ਼ੁਰੂ ਹੋਇਆ, ਪਰ ਜਿਹੜੀ ਛੁੱਟੀ ਇਹਨਾਂ ਨੇ ਕੀਤੀ ਹੈ ਉਹ 1863 ਦੇ ਵਿੱਚ, ਮਤਲਬ ਲਗਭਗ ਕਾਫੀ ਸਾਲਾਂ ਬਾਅਦ ਜਿਹੜੀ ਫੈਡਰਲ ਹੌਲੀਡੇ ਬਣਾਈ ਹੈ। ਲਓ ਤਾਂ ਦੱਸੋ ਤਾਂ ਇਹਨਾਂ ਦੇ ਮਨਾਉਂਦੇ ਹੈਗੇ ਆ, ਦੇਖ ਲਓ ਕਿੱਦਾਂ ਇਹਨਾਂ ਨੂੰ, ਸਾਰੇ ਅਮਰੀਕਾ ਦੇ ਵਿੱਚ ਹੀ ਆ। ਇਹ ਅਮਰੀਕਾ ਨਹੀਂ, ਸਾਰੇ ਕੈਨੇਡਾ ਦੇ ਵਿੱਚ ਵੀ ਹੈ, ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਹੈਗਾ, ਇੰਡੀਆ 'ਚ ਹੀ ਨਹੀਂ ਹੈ ਧੰਨਵਾਦ ਕਰਨ ਦਾ ਰਿਵਾਜ਼ ਕਿਸੇ ਦਾ। ਮੇਰਾ ਖਿਆਲ ਇੰਗਲੈਂਡ 'ਚ ਨਹੀਂ ਹੈਗੀ, ਇੰਗਲੈਂਡ 'ਚ ਨਹੀਂ ਹੈ। ਨਹੀਂ, ਮੈਂ ਕੋਈ ਜਾਣਕਾਰੀ ਹੈਗੀ ਸੀ, ਮੈਂ ਤਾਂ ਹੈ ਨਹੀਂ ਮੇਰਾ ਖਿਆਲ। ਤੇ ਬਾਕੀ ਹੁਣ ਅੱਜ ਏਦਾਂ ਆ ਵੀ ਜਿੱਦਾਂ ਨਾ ਸੁਪਰ ਬੋਲ ਨੂੰ ਲੋਕੀ ਅੰਦਰ ਬੜੇ ਹੁੰਦੇ, ਏਦਾਂ ਆ ਗੋਰੇ ਸਾਰੇ ਅੰਦਰ ਬੜੇ। ਇਹ ਵੀ ਹੈਗਾ, ਹਾਂ ਨਾਲ, ਹਾਂ ਵਿੱਚੋਂ ਸੁਪਰ ਬੋਲ ਤੋਂ ਮੈਨੂੰ ਗੱਲ ਯਾਦ ਆ ਗਈ, ਇਹਨਾਂ ਦਿਨਾਂ ਦੇ ਵਿੱਚ ਇਹ ਫੁੱਟਬਾਲ ਨਾਲ ਰਿਲੇਟਡ ਵੀ ਹੈ ਇਹ ਚੀਜ਼, ਥੈਂਕਸਗਿਵਿੰਗ ਡੇ ਦਾ। ਟੂਰਨਾਮੈਂਟ ਦੀ ਗੱਲ ਕਰਦੇ ਹੋ, ਇਹ ਵੀ ਇਦੋਂ ਹੀ ਆਉਂਦਾ ਜਦੋਂ ਥੈਂਕਸਗਿਵਿੰਗ ਡੇ ਆ ਇਹਨਾਂ ਦਿਨਾਂ 'ਚ। ਤਾਂ ਅੱਜ ਤਾਂ ਗੋਰਿਆਂ ਨੇ ਵੱਡੇ ਵੱਡੇ ਟੀਵੀ ਲਾ ਕੇ ਤੇ ਬੈਠੇ ਹੋਏ ਨੇ, ਆਪਣੇ ਪੰਜਾਬੀ ਵੀ ਬਹੁਤ ਬਹੁਤ ਦੇਖਦੇ ਨੇ ਜੀ ਸੁਪਰ ਬੋਲ, ਪੰਜਾਬੀ ਬਹੁਤ ਦੇਖਦੇ ਨੇ। ਪੰਜਾਬੀ ਸਿਰਫ 5% ਹੋਣੇ ਆ, ਮਸੀ 10% ਫੈਮਿਲੀਆਂ ਜਿਹੜੀਆਂ ਜਿਹੜੇ ਆਪਣੇ ਟਰਕੀ ਡੇ ਮਨਾਉਂਦੇ ਆ। ਹਾਂਜੀ, 5-7% ਤਾਂ ਹੋਣਗੇ, ਇੰਨੇ ਕੁ ਤਾਂ ਹੋਣਗੇ, ਇੰਨੇ ਕੁ ਤਾਂ ਹੈਗੇ, ਬਹੁਤੇ ਨਹੀਂ ਹੈ। ਹਾਂਜੀ, ਡੇ ਡੇ ਨਾਮ ਹੀ ਮਨਾਉਣ, ਉਦਾਂ ਹੀ ਸ਼ੁਗਲ ਮੇਲੇ ਤੌਰ ਤੇ ਅਗਲੇ ਕਹਿੰਦੇ ਚਲੋ ਵੀ। ਮਤਲਬ ਜਿਹੜੇ ਪੁਰਾਣੇ ਆਏ ਨਾ ਆਪਣੇ ਇੰਡੀਅਨ ਪੰਜਾਬੀ, ਉਹ ਮਨਾਉਂਦੇ ਆ। ਹਾਂ, ਹੈਗੇ ਕਈ ਜਿਹਨਾਂ ਦਾ ਮਤਲਬ ਮੁੱਕ ਦੀ ਗੱਲ ਤਾਂ ਇਹ ਹੋ ਗਈ ਜੀ, ਉਹਨਾਂ ਦੀ ਸੁਸਾਇਟੀ ਜਿਹੜੀ ਹੋ ਗਈ, ਆਲੇ ਦੁਆਲੇ ਮਿਲਵਰਤਨ ਹੋ ਗਿਆ ਜਿਹਨਾਂ ਲੋਕਾਂ ਨਾਲ, ਤੇ ਉਹਨਾਂ ਦਾ ਕਰਕੇ ਫਿਰ ਉਹਨਾਂ ਦੇ ਨਾਲ ਮਨਾ ਲੈਂਦੇ ਹੋਣਗੇ ਜਾਂ ਉਹਨਾਂ ਨੂੰ ਦੇਖ ਕੇ ਮਨਾ ਲੈਂਦੇ ਹੋਣਗੇ। ਚਲੋ ਠੀਕ ਹੈ, ਮਨਾਉਣਾ ਚਾਹੀਦਾ, ਸਾਰਿਆਂ ਨੂੰ ਰਲ ਕੇ ਮਨਾਉਣਾ ਚਾਹੀਦਾ। ਹੁਣ ਆਪਣੇ ਵੀ ਗੁਰੂ ਨਾਨਕ ਜੀ ਦਾ ਮਨਾਇਆ ਇੱਥੇ ਗੋਰਿਆਂ ਨੇ ਬਹੁਤ। ਹਾਂਜੀ ਹਾਂਜੀ, ਪੂਰੇ ਇੰਗਲੈਂਡ ਦੇ ਵਿੱਚ ਚਰਚਾਂ ਦੇ ਵਿੱਚ, ਚਰਚ ਦੇ ਵਿੱਚ ਮਨਾਇਆ ਗਿਆ, ਚਰਚ ਦੇ ਵਿੱਚ ਪੌਦੇ ਲਾਏ ਗਏ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ। ਬਿਲਕੁਲ ਜੀ, ਇੱਥੇ ਕੈਨੇਡਾ 'ਚ ਬਹੁਤ ਮਨਾਇਆ, ਤੇ ਕਮਾਲ ਹੋ ਗਿਆ। ਚਾਹੀਦਾ ਸਾਂਝਾ ਰਲ ਕੇ ਮਨਾਉਣਾ ਚਾਹੀਦਾ, ਇਹ ਨਹੀਂ ਵਿਤਕਰਾ ਨਹੀਂ ਚਾਹੀਦਾ ਜੀ। ਬਿਲਕੁਲ ਬਿਲਕੁਲ ਬਿਲਕੁਲ, ਬੜੀ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਕਾਲ ਕਰਨ ਲਈ, ਤੁਹਾਡਾ ਧੰਨਵਾਦ ਜੀ। ਬਿਲਕੁਲ ਸਹੀ ਗੱਲ ਹੈ ਜੀ, ਗੱਲ ਚੱਲਦੀ ਸੀ ਕਿ ਕੋਈ ਵੀ ਦਿਨ ਤਿਉਹਾਰ ਜਿਹੜਾ ਮਨਾਉਣਾ ਚਾਹੀਦਾ, ਸਾਡੇ ਲੋਕ 5-7% ਜਿਹੜੇ ਹੈਗੇ ਨੇ ਮਨਾਉਂਦੇ ਨੇ, ਚੰਗੀ ਗੱਲ ਹੈ। ਔਰ ਜਿਹੜੇ ਗੋਰੇ ਨੇ ਜਿਹਨਾਂ ਦੇ ਜਿਹਨਾਂ ਦਾ ਇਹ ਐਕਚੁਅਲ ਹੈਗਾ ਤਿਉਹਾਰ, ਉਹ ਵੀ ਇਸ ਗੱਲ 'ਤੇ ਖੁਸ਼ ਹੁੰਦੇ ਹੋਣਗੇ ਵੀ ਸਾਡੇ
ਜਿਹੜੇ ਨਾਲ ਹੈਗੇ ਨੇ ਆਂਢੀ ਗੁਆਂਢੀ ਜਾਂ ਦੋਸਤ ਮਿੱਤਰ ਹੈਗੇ ਜਾਂ ਇਕੱਠੇ ਕੰਮ ਕਰਦੇ ਨੇ ਉਹ ਵੀ ਉਹਨਾਂ ਦੀ ਖੁਸ਼ੀਆਂ ਦੇ ਵਿੱਚ ਜਦੋਂ ਇਨਵੋਲਵ ਹੁੰਦੇ ਤਾਂ ਉਹ ਵੀ ਖੁਸ਼ ਹੁੰਦੇ ਹੋਣਗੇ। ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ, ਫਿਲਹਾਲ ਦੇਖਦੇ ਰਹੋ ਜਸ ਪੰਜਾਬੀ ਜੀ। ਬਿਲਕੁਲ ਥੋੜ੍ਹਾ ਸਮਾਂ ਹੈਗਾ ਹੁਣ, ਕਾਲਾਂ ਮੈਂ ਨਹੀਂ ਲੈਣੀਆਂ ਇਸ ਸੈਗਮੈਂਟ ਦੇ ਵਿੱਚ ਕਿਉਂਕਿ ਸਮਾਂ ਬਹੁਤ ਥੋੜ੍ਹਾ। ਮੈਂ ਦੋ ਅਨਾਊਂਸਮੈਂਟਾਂ ਜ਼ਰੂਰ ਕਰਨੀਆਂ ਚਾਹੁੰਦਾ ਜਾਣ ਤੋਂ ਪਹਿਲਾਂ। ਵੈਸੇ ਹੈ ਤਾਂ ਦੁਖਦਾਈ ਖਬਰ ਹੈ, ਪਰ ਫਿਰ ਵੀ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਉਹ ਪਾਉਣਾ ਸਾਨੂੰ ਮੰਨਣਾ ਪੈਂਦਾ ਹੈ। ਸ਼ੋਕ ਖਬਰ ਇਹ ਹੈਗੀ, ਇੱਕ ਤਾਂ ਸਾਡੇ ਮਿੱਤਰ ਹੈਗੇ ਨੇ ਬਹੁਤ ਵਧੀਆ ਹਰਸਿਮਰਨ ਸੰਗਰਾਮ ਸਿੰਘ, ਸਟੋਕਟਨ ਦੇ ਵਿੱਚ ਉਹਨਾਂ ਦਾ ਕਾਰੋਬਾਰ ਲੋਡਾਈ ਦੇ ਵਿੱਚ ਰਹਿੰਦੇ ਨੇ। ਉਹਨਾਂ ਦੇ ਪਿਤਾ ਜੀ ਸਰਦਾਰ ਬਚਿੱਤਰ ਸਿੰਘ ਜੀ ਪਿਛਲੇ ਦਿਨੀ ਪਰਮਾਤਮਾ ਦੇ ਚਰਨਾਂ ਵਿੱਚ ਜਾਣ ਵਾਜੇ ਆ। ਉਹਨਾਂ ਦਾ ਫਿਊਨਰਲ ਜਿਹੜਾ ਹੈਗਾ ਉਹ 1 ਦਸੰਬਰ ਨੂੰ ਲੋਡਾਈ ਦੇ ਵਿੱਚ ਹੋਏਗਾ। ਅੰਤਮ ਅਰਦਾਸ ਵੀ ਲੋਡਾਈ ਦੇ ਵਿੱਚ ਹੋਗੀ। ਪੂਰੀ ਜਾਣਕਾਰੀ ਜਿਹੜੀ ਮੈਂ ਤੁਹਾਨੂੰ ਦੇਊਂਗਾ ਕਿਹੜੀ ਕਿਹੜੀ ਕੱਲ੍ਹ ਨੂੰ ਦੇਊਂਗਾ ਕਿੱਥੇ ਹੋਣੀ ਆ। ਸੋ ਅਸੀਂ ਜਸ ਪੰਜਾਬੀ ਅਦਾਰਾ ਜਿਹੜਾ ਸਾਡਾ ਇਹਨਾਂ ਦੇ ਬਚਿੱਤਰ ਸਿੰਘ ਜੀ ਦੇ ਪਰਿਵਾਰ ਦੇ ਨਾਲ ਹਮਦਰਦੀ ਜ਼ਾਹਰ ਕਰਦਾ ਔਰ ਪਰਮਾਤਮਾ ਅੱਗੇ ਬੇਨਤੀ ਕਰਦੇ ਕਿ ਭਾਣਾ ਮੰਨਣ ਦਾ ਬਲ ਬਖਸ਼ੇ। ਦੂਜੀ ਦੁਖਦਾਈ ਖਬਰ ਹੈਗੀ ਹੈ ਜੀ ਐਲ ਏ ਤੋਂ, ਹੋਲੀਵੁੱਡ ਸਿੱਖ ਟੈਂਪਲ ਦੇ ਸਾਬਕਾ ਪ੍ਰਧਾਨ ਬਲਦੇਵ ਸਿੰਘ ਜੌਲ, ਜਿਹੜੀ ਮੈਂ ਪਹਿਲਾਂ ਜ਼ਿਕਰ ਵੀ ਕੀਤਾ ਸੀਗਾ। ਅਸੀਂ ਹੁਣ 24 ਨਵੰਬਰ ਨੂੰ ਉਹਨਾਂ ਦਾ ਲਾਈਵ ਪ੍ਰੋਗਰਾਮ ਉੱਥੋਂ ਦਿਖਾਇਆ ਸੀਗਾ ਅਤੇ 24 ਨਵੰਬਰ ਦੀ ਸਵੇਰ 23 ਨਵੰਬਰ ਦੀ ਰਾਤ ਨੂੰ ਉਹ ਸੇਵਾ ਕਰਕੇ ਗਏ ਨੇ ਅਤੇ ਸਵੇਰੇ 6 ਵਜੇ ਮਿਲਣ ਦਾ ਵਾਅਦਾ ਕਰਕੇ ਗੁਰੂ ਘਰ ਹੋਲੀਵੁੱਡ ਸਿੱਖ ਟੈਂਪਲ ਵਿੱਚ, ਅਤੇ ਉਹ ਸ਼ਾਮ ਨੂੰ ਸਾਰੇ ਘਰੋਂ ਘਰ ਹੀ ਚਲੇ ਗਏ ਅਤੇ ਸਵੇਰੇ 6 ਵਜੇ ਉਹ ਸੁੱਤੇ ਪਏ ਹੀ ਨਹੀਂ ਉੱਠੇ। ਇਹ ਹੀ ਪਰਮਾਤਮਾ ਦੇ ਰੰਗ ਨੇ ਇਹ ਵੀ। ਸੋ ਬਲਦੇਵ ਸਿੰਘ ਜੌਲ ਦੇ ਪਰਿਵਾਰ ਨਾਲ ਵੀ ਅਸੀਂ ਦੁੱਖ ਜ਼ਾਹਿਰ ਕਰਦੇ ਹਾਂ ਜਸ ਪੰਜਾਬੀ ਦਾ ਅਦਾਰਾ ਜਿਹੜਾ ਸਾਡਾ ਹੈਗਾ। ਅਤੇ ਬਲਦੇਵ ਸਿੰਘ ਜੌਹਲ ਦਾ ਉਹਨਾਂ ਦਾ ਫਿਊਨਰਲ ਜਿਹੜਾ ਹੈਗਾ ਉਹ 30 ਨਵੰਬਰ ਨੂੰ ਯਾਨੀ ਕਿ ਦਿਨ ਸ਼ਨੀਵਾਰ ਨੂੰ ਹੋਏਗਾ ਅਤੇ ਉਹਨਾਂ ਦੀ ਅੰਤਿਮ ਅਰਦਾਸ ਜਿਹੜੀ ਹੈ ਹੋਲੀਵੁੱਡ ਸਿੱਖ ਟੈਂਪਲ ਜਿਹੜਾ ਐਲ ਏ ਦੇ ਵਿੱਚ ਹੈਗਾ ਉੱਥੇ ਹੋਏਗੀ। ਸੋ ਉਮੀਦ ਕਰਦੇ ਜੀ ਅੱਜ ਦਾ ਪ੍ਰੋਗਰਾਮ ਤੁਹਾਨੂੰ ਠੀਕ ਲੱਗਿਆ ਹੋਏਗਾ। ਫਿਰ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਈਮੇਲ ਕਰੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਮੇਰਾ ਸੈੱਲ ਨੰਬਰ ਜਿਹੜਾ 209-400-75-33 ਤੁਹਾਡੇ ਕੋਲ ਹੈਗਾ। ਤੁਸੀਂ ਕਮਿਊਨਿਟੀ ਦੀ ਕੋਈ ਵੀ ਖਬਰ, ਕੋਈ ਵੀ ਜਾਣਕਾਰੀ ਸਾਡੇ ਲੱਖਾਂ ਪੰਜਾਬੀਆਂ ਤੱਕ ਪੂਰੀ ਦੁਨੀਆਂ ਵਿੱਚ ਪਹੁੰਚਾਉਣੀ ਚਾਹੁੰਦੇ ਹੋ ਤਾਂ ਉਹ ਸਾਨੂੰ ਜ਼ਰੂਰ ਤੁਸੀਂ ਮੇਰੇ ਸੈੱਲ ਨੰਬਰ 'ਤੇ ਫੋਟੋ ਜਾਂ ਕੋਈ ਵੀ ਇਨਫੋਰਮੇਸ਼ਨ, ਅਗਰ ਦੁਖਦਾਈ ਖਬਰ ਹੈ ਤਾਂ ਉਹ ਵੀ ਅਸੀਂ ਇਨਫੋਰਮੇਸ਼ਨ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਾਂਗੇ। ਕੋਈ ਹੋਰ ਕਮਿਊਨਿਟੀ ਦੀ ਖੁਸ਼ੀ ਵਾਲੀ ਖਬਰ, ਚੰਗੀ ਖਬਰ ਉਹ ਵੀ ਤੁਸੀਂ ਸਾਨੂੰ ਭੇਜੋ ਵੀ ਅਸੀਂ ਜ਼ਰੂਰ ਲਾਸਟ ਸੈਗਮੈਂਟ ਦੇ ਵਿੱਚ ਸਾਂਝੀ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ। ਸੋ ਹੀ ਦੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ। ਜੀਵੇ ਪੰਜਾਬ, ਜੀਵੇ ਪੰਜਾਬੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।